ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਸ਼ੇਰਗਿੱਲ ਉਰਫ ਆਰ ਵੀ ਸ਼ੇਰਗਿੱਲ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਜਿਹਦਾ ਨਾਮ ਹੈ 0300 ਵਾਲੇ ਠੀਕ ਹੈ ਜੀ ਅਤੇ ਪਹਿਲਾਂ ਕਹਿੰਦਾ ਐਸਾ ਹੋਇਆ ਨਹੀਂ ਉਹ ਕਦੇ ਮਾਰਾ ਟਰਨ ਮੈਂ ਜਦੇ ਭਾਵਾਂ ਮੈਂ ਬਹੁਤ ਦੁਖੀ ਹਾਂ ਭਾਵਾਂ ਬਹੁਤ ਸੈਡ ਹਾਂ ਭਾਵਾਂ ਮੇਰੇ ਮਨ 'ਚ ਬਹੁਤ ਗੱਲਾਂ ਆ ਜੋ ਕਿ ਮੈਂ ਤੁਹਾਡੇ ਨਾਲ ਕਰਨੀ ਆ ਬਲੌਗ ਸਕਿੱਪ ਨਾ ਕਰਿਓ ਜੇ ਵਧੀਆ ਲੱਗਦੇ ਹੁੰਦੇ ਲਾਈਕ ਕਰ ਦਿਆ ਕਰੋ ਲਾਈਕ ਦੀ ਕੁਆਂਟਿਟੀ ਬਹੁਤ ਲਿਟਲ ਹੁੰਦੀ ਆ ਇੰਨੀ ਕੁ ਲਿਟਲ ਲੱਖ ਵਿਊ ਦੇ ਪਿੱਛੇ ਕਈ ਵਾਰ 5000 ਲਾਈਕ ਹੁੰਦਾ ਕਦੀ ਕਦੀ 10 ਹੁੰਦਾ ਕਦੀ 15 ਪਰ ਲਾਈਕ ਕਰ ਦਿਆ ਕਰੋ ਜੇ ਪਸੰਦ ਆ ਜੇ ਤੁਸੀਂ ਮੈਨੂੰ ਨਹੀਂ ਪਸੰਦ ਕਰਦੇ ਫੇਰ ਗੱਲ ਵੱਖਰੀ ਆ ਜੇ ਪਸੰਦ ਕਰਦੇ ਆ ਲਾਈਕ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਅੱਜ ਦਾ ਬਲੌਗ ਦੇਖ ਕੇ ਸਮਝ ਆ ਜਾਣੀ ਐਸਾ ਹੋਇਆ ਨਹੀਂ ਉਹ ਕਦੇ ਅਤੇ ਮਾਰਾ ਟਰਨ ਮੈਂ ਜਦੇ ਅਤੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਗੋਰੀਏ ਅਤੇ ਆ ਹੀ ਗੱਲ ਤਾਂ ਗੱਭਰੂ ਦੀ ਚੰਗੀ ਗੋਰੀਏ ਗੋਰੀਏ ਵਾਹਿਗੁਰੂ ਤੁਹਾਨੂੰ ਸਾਨੂੰ ਤੁਹਾਡੇ ਪਰਿਵਾਰ ਨੂੰ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੱਧਦੇ ਹਾਂ ਬਲੌਗ ਮੈਂ ਗੱਲ ਕਰਦਾ ਜੀ ਮੇਰਾ ਯਾਰ ਆ ਇੱਕ ਭੂਮਾ ਸਾਰੇ ਜਾਣਦੇ ਹੋਣੇ ਆ ਉਹਦੀ ਭੰਗ ਵਾਲੀ ਵੀਡੀਓ ਨੂੰ ਭੰਗ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਸਰਾਇਆ ਬਹੁਤ ਜ਼ਿਆਦਾ ਲਾਈਕ ਕਮੈਂਟ ਬਹੁਤ ਜ਼ਿਆਦਾ ਸ਼ੇਅਰ ਹੋਈ ਵੀਡੀਓ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਹੋਈ ਉਹਦੇ ਕਰਕੇ ਉਹ ਫੇਮਸ ਵੀ ਹੋਇਆ ਅਤੇ ਇੰਟਰਵਿਊਜ਼ ਹੋਈਆਂ ਬਹੁਤ ਕੁਛ ਹੋਇਆ ਅਤੇ ਉਹਨੂੰ ਮੈਂ ਨਾ ਵੀਡੀਓ ਹੋਣ ਤੋਂ ਪਹਿਲਾਂ ਮੇਰੇ ਭਰਾ ਨੂੰ ਮੈਂ ਕਿਹਾ ਸੀਗਾ ਕਿ ਥੋੜ੍ਹੇ ਜਿਹੇ ਪੈਰ ਬੰਦਾ ਕਈ ਵਾਰ ਛੱਡ ਦਿੰਦਾ ਫੇਮਸ ਹੋਣ ਤੋਂ ਪਹਿਲਾਂ ਤੂੰ ਮੇਰਾ ਭਰਾ ਮੇਰੇ ਨਾਲ ਇੱਦਾਂ ਨਾ ਕਰੀ ਕਿ ਵੀਡੀਓ ਇਹ ਤੇਰੀ ਵਾਇਰਲ ਜ਼ਰੂਰ ਜਾਊਗੀ ਇਹ ਮੈਨੂੰ ਪਤਾ ਕਿਉਂਕਿ ਹਾਸਾ ਖੇਡੇ 'ਚ ਬਹੁਤ ਆ ਪਰ ਤੂੰ ਮੇਰਾ ਭਰਾ ਨਾਲ ਰਹੀ ਪੈਰ ਨਾ ਛੱਡੀ ਠੀਕ ਆ ਵਧੀਆ ਮੁੰਡਾ ਨਾਲ ਰਿਹਾ ਪਰ ਥੋੜ੍ਹੇ ਚਿਰ ਬਾਅਦ ਜਦੋਂ ਤੁਹਾਨੂੰ ਪਤਾ ਦੁਨੀਆ ਚੱਕ ਦਿੰਦੀ ਆ ਆਪ 'ਚ ਪਸਾਦ ਪਵਾ ਤਾ ਕਿਸੇ ਨੇ ਪਸਾਦ ਇੱਦਾਂ ਦਾ ਪਵਾਇਆ ਚਲੋ ਪਸਾਦ ਵੀ ਪਿਆ ਪਰ ਥੋੜ੍ਹਾ ਚਿਰ ਤਾਂ ਚਲੋ ਮੈਨੂੰ ਸਿਫਤ ਕਰਦਾ ਮੁੰਡੇ ਦੀ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਕਰਾਇਆ ਕੁਛ ਨਹੀਂ ਕਰਾਇਆ ਪਤਾ ਨਹੀਂ 3-4 ਮਹੀਨੇ ਬਾਅਦ ਉਹਨੂੰ ਕੀ ਹੋਇਆ ਉਹਨੇ ਪਹਿਲਾਂ ਇੱਥੇ ਥਾਣੇ ਮੈਨੂੰ ਸੱਦਿਆ ਅਤੇ ਮੈਨੂੰ ਕਹਿੰਦਾ ਤੇ ਦਰਖਾਸਤ ਆ ਮੇਰੇ ਕਹਿੰਦਾ ਮੈਂ ਕਿਹਦੇ ਵੱਲੋਂ ਕਹਿੰਦਾ ਭੂਮੇ ਵੱਲੋਂ ਅਤੇ ਮੈਂ ਹਾਂ ਬੜਾ ਹੈਰਾਨ ਮੈਂ ਕਿਹਾ ਨਹੀਂ ਮੈਨੂੰ ਕੌਲ ਲਾਈ ਮੈਨੂੰ ਕਹਿੰਦਾ ਮੈਂ ਨਹੀਂ ਦਿੱਤੀ ਕੋਈ ਅਤੇ ਮੈਂ ਕਿਹਾ ਭੂਮੇ ਤੇਰੇ ਸੈਨਾ ਬਿਨਾਂ ਕਿੱਦਾਂ ਹੋ ਜੂ ਯਾਰ ਨਹੀਂ ਮੰਨਿਆ ਹੈ ਨਾ ਚਲੋ ਵੀ ਅਗਲੇ ਨੇ ਪੇਪਰ ਜਿਹਾ ਕੱਢ ਕੇ ਦਿਖਾ ਤੇ ਮੈਂ ਸਹਿਨ ਵੀ ਪੜ੍ਹ ਲਿਆ ਅਤੇ ਕਈ ਦਰਖਾਸਤ ਕੀ ਦੱਸਾਂ ਕਿਹੜਾ ਪਰਚਾ ਹੈ ਨਾ ਚਲੋ ਉਹ ਛੱਡੋ ਅਤੇ ਉਹ ਵੀ ਮੈਂ ਨਾ ਇਗਨੋਰ ਕੀਤਾ ਤਾਂ ਥਾਣੇ ਵਾਲਿਆਂ ਨੂੰ ਤਾਂ ਚਲੋ ਪਤਾ ਸੀਗਾ ਮੈਂ ਕਿੱਦਾਂ ਦਾ ਬੰਦਾ ਇੱਦਾਂ ਦਾ ਨਹੀਂ ਉਹਨਾਂ ਨੇ ਇੰਨੀ ਗੋਲੀ ਨਹੀਂ ਗੱਲ ਪਰ ਚਲੋ ਉਹ ਗੱਲ ਨਿਬੜ ਗਈ ਮੈਨੂੰ ਲੱਗਾ ਮੈਨੂੰ ਨਿਬੜ ਗਈ ਫਿਰ ਕੀ ਹੋਇਆ ਫਿਰ ਇਹਨਾਂ 'ਚੋਂ ਕਿਸੇ ਨੇ ਭੂਮੇ ਨੂੰ ਹੋਰ ਚੱਕਤਾ ਉਹ ਹੋ ਗਏ DCP ਸਾਹਿਬ ਦੇ ਪੇਸ਼ DCP ਸਾਹਿਬ ਦੇ ਪੇਸ਼ ਹੋਏ ਅਤੇ ਉੱਥੇ ਕੀ ਹੋਇਆ ਇਹਨਾਂ ਨੇ ਉੱਥੇ ਮੇਰੇ ਦਰਖਾਸਤ ਦਿੱਤੀ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸੁਣਵਾਈ ਤਾਂ ਹੀ ਹੋਣੀ ਸੀ ਨਾ ਜੇ ਕੋਈ ਗੱਲ ਹੁੰਦੀ ਕਿਉਂਕਿ ਅਸੀਂ ਤਾਂ ਨਹੀਂ ਭਰਾ ਮਾਰ ਗਏ ਸਾਡੇ 'ਚ ਕੋਈ ਗੱਲ ਨਹੀਂ ਤੀਜਾ ਬੰਦਾ ਜਿਹੜਾ ਫਿੱਕ ਪਾਉਣ ਵਾਲਾ ਉਹ ਇੰਨਾ ਕੁ ਦੱਲਾ ਬੰਦਾ ਆ ਉਹਨੇ ਜਿਹਨੇ ਫਿੱਕ ਪਾਇਆ ਉਹ ਬਹੁਤ ਦੱਲਾ ਬੰਦਾ ਉਹਨੇ ਫਿੱਕ ਪਾਇਆ ਅਤੇ ਉੱਤੋਂ ਇਹ ਵੀ ਬੜਾ ਸਿਆਣਾ ਨਹੀਂ ਜਿਹੜਾ ਪਿੱਛੇ ਲੱਗ ਗਿਆ ਇਹ ਵੀ ਉਹੀ ਕਹਿ ਸਕਦੇ ਉਹ ਵੀ ਗੰਦਾ ਹੀ ਨਿਕਲਿਆ ਯਾਰ ਮੈਂ ਜਾਨੋ ਵੱਧ ਕਰਦਾ ਸੀ ਜੋ ਮੈਂ ਖਾਣਾ ਪਾਉਣਾ ਜੋ ਮੈਂ ਘੁੰਮਣਾ ਫਿਰਨਾ ਨਾਲ ਹੀ ਸੀਗਾ ਮਤਲਬ ਸਾਡੇ 'ਚ ਕੋਈ ਫਰਕ ਨਹੀਂ ਸੀਗਾ ਅਤੇ ਦੁਨੀਆ ਵੀ ਮਿਸਾਲ ਦਿੰਦੀ ਕਿ ਹਾਂ ਵੀ ਇਹਨਾਂ ਦੀ ਜੋੜੀ ਵਧੀਆ ਪਰ ਫਿਰ ਜਦੋਂ DCP ਸਾਹਿਬ 'ਤੇ ਪੇਸ਼ ਹੋਣਾ ਪਿਆ ਚਲੋ ਮੈਂ ਕਿਹਾ ਇੱਥੇ ਚੱਲਦਾ ਰਿਹਾ ਕੇਸ ਮੈਂ ਉੱਥੇ ਵਕੀਲ ਕਰਾ ਲਿਆ ਅਤੇ ਜ਼ਮਾਨਤ ਕਰਾਈ ਪਹਿਲਾਂ ਫਿਰ ਉੱਥੇ ਚੱਲਦਾ ਰਿਹਾ ਕੇਸ ਅਤੇ ਹੁਣ ਨਿਬੜਨ ਵਾਲਾ ਸੀ ਮੈਂ ਭੂਮੇ ਨੂੰ ਹੁਣ ਪਿਛਲੀ ਵੀਡੀਓ 'ਚ ਕਿਹਾ ਵੀ ਸੀਗਾ ਮੈਂ ਕਿਹਾ ਭੂਮੇ ਯਾਰ ਕੰਮ ਨਿਬੇੜੋ ਹੈ ਨਾ ਚੰਗਾ ਨਹੀਂ ਲੱਗਦਾ ਕਿ ਭੈਣ 'ਚੋ ਦੂਏ ਦਿਨ ਪੁਲਿਸ ਵਾਲਾ ਕੋਈ ਆ ਜਾਂਦਾ ਇਹ ਬੇਇੱਜ਼ਤੀ ਵਾਲੀ ਗੱਲ ਹੈ ਯਾਰ ਇੱਦਾਂ ਨਾ ਕਰੋ ਤੁਸੀਂ ਕੰਮ ਨਿਬੇੜੋ ਪਰ ਨਹੀਂ ਵਾਅਦਾ ਕਰ ਗਿਆ ਔਨ ਕੈਮਰਾ ਵਾਅਦਾ ਕੀਤਾ ਇਹਨਾਂ ਤੂੰ ਹਾਂਜੀ ਔਨ ਕੈਮਰਾ ਵਾਅਦਾ ਕੀਤਾ ਮੈਂ ਕੇਸ ਵਾਪਸ ਲਊਂਗਾ ਠੀਕ ਆ ਅਤੇ ਉੱਥੇ ਜਾ ਕੇ ਮੈਂ ਪੁੱਛਿਆ ਕਹਿੰਦੇ ਨਹੀਂ 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 ਇਹਦੀ ਇਹਦੇ ਆਉਣ ਨਾਲ ਕੋਈ ਫਾਇਦਾ ਹੀ ਨਹੀਂ ਜਿਹਦੇ ਵੱਲੋਂ ਕੇਸ ਆ
ਉਹਨੂੰ ਆਉਣਾ ਪੈਣਾ ਮੈਂ ਕਿਹਾ ਯਾਰ ਕਿਹਦੇ ਵੱਲੋਂ ਕੇਸ ਆਈ ਯਾਰ ਇਹਦੇ ਵੱਲੋਂ ਤਾਂ ਕੇਸ ਸੀਗਾ ਫਿਰ ਉਹਨਾਂ ਨੇ ਦੱਸਿਆ ਇੱਦਾਂ ਇੱਦਾਂ ਆ ਫਿਰ ਮੈਂ ਕਿਹਾ ਯਾਰ ਉਹ ਤਾਂ ਔਖਾ ਉਹਨੂੰ ਮੈਂ ਕਹਿ ਨਹੀਂ ਸਕਦਾ ਕੇਸ ਮੈਂ ਕਿਹਾ ਯਾਰ ਕਰਵਾਇਆ ਤਾਂ ਭੂਮੇ ਵੱਲੋਂ ਹੀ ਆ ਕਰ ਦਿਓ ਕਹਿੰਦੇ ਨਹੀਂ ਨਹੀਂ ਫਿਰ ਮੈਂ ਕਿਹਾ ਇੱਦਾਂ ਕਰੋ ਦੂਜੀ ਪਾਰਟੀ ਨੂੰ ਸੱਦੋ ਸਹੀ ਆਉਂਦੇ ਤਾਂ ਹੈ ਨਹੀਂ ਉਹ ਇੰਨੀਆਂ ਤਰੀਕਾਂ ਪੈ ਗਈਆਂ ਅੱਠ ਤਰੀਕਾਂ ਪੈ ਗਈਆਂ ਫਿਰ ਛੇ ਕਰੇ ਅੱਠ ਆਏ ਨਹੀਂ ਅਤੇ ਉਹ ਕਹਿੰਦੇ ਤੁਹਾਡਾ ਆਈ ਓ ਆਊਗਾ ਅਤੇ ਉਦੋਂ ਤੁਹਾਡਾ ਮੁੱਕੂਗਾ ਤਾਂ ਦੋ ਤਰੀਕੇ ਸਾਡਾ ਆਈ ਓ ਨਹੀਂ ਆਇਆ ਅਤੇ ਇਸ ਤਰੀਕੇ ਸਾਡਾ ਮੁੱਕ ਜੂਗਾ ਉਹ ਵਾਲਾ ਕੇਸ ਠੀਕ ਆ ਲਗਭਗ ਇਹ ਸੀਗਾ ਅਤੇ ਹੁਣ ਜਦੋਂ ਮੁੱਕਣ 'ਤੇ ਆਇਆ ਹੁਣ ਸਾਨੂੰ ਦੂਜੀ ਕੋਰਟ ਵੱਲੋਂ ਸੰਮਣ ਆ ਗਿਆ ਮੇਨ ਵੱਲੋਂ ਕਹਿੰਦੇ ਕਹਿੰਦੇ ਤੁਹਾਨੂੰ ਆ ਲਓ ਪੜ੍ਹ ਲਓ ਦੂਜੀ ਕੋਰਟ ਦਾ ਸਾਹਮਣ ਮੈਂ ਪੜ੍ਹਾ ਦਿੰਦਾ ਮੈਂ ਚੱਕੀ ਫਿਰਦਾ ਮੈਂ ਭੂਮੇ ਕੋਲ ਹੀ ਚੱਲਣਾ ਆ ਮੈਨੂੰ ਭੈੜਾ ਬਹੁਤ ਲੱਗਾ ਉਹਦੇ ਕਾਰਨ ਆਇਆ ਮੈਂ ਨਾਂ ਨੂੰ ਮਟੇ ਤੇ ਆ ਅਤੇ ਆ ਸਿਵਲ ਯੂਨੀ ਕੋਲ ਆ ਗਿਆ ਅਤੇ ਮੈਨੂੰ ਕਹਿੰਦੇ ਹਰਵਿੰਦਰ ਸਿੰਘ ਆਲੀਆ ਅਰਵਿੰਦ ਇੰਦਾ ਹੈ ਨਾ ਨੈਕਸਟ ਡੇਟ ਹੈਗੀ 10 ਨੂੰ ਅਤੇ ਇਹਦੇ ਵਿੱਚ ਹਰਵਿੰਦਰ ਸਿੰਘ ਆਲੀਆ ਇੰਦਾ ਫਾਦਰ ਨੇ ਨਰਿੰਦਰਪਾਲ ਸਿੰਘ ਅਤੇ ਗੁਰਵਿੰਦਰ ਸਿੰਘ 'ਤੇ ਵੀ ਕਰਾਇਆ ਹੋਇਆ ਇੱਥੇ ਪਰਚਾ ਨਾ ਅਤੇ ਇਹ ਤਰੀਕ ਪਾ ਦਿੱਤੀ ਅਗਲੀ 10 ਅਤੇ ਕਹਿੰਦੇ ਤੁਹਾਡੀਆਂ ਦੋ ਤਰੀਕਾਂ ਮਿਸ ਹੋਈਆਂ ਆ ਅਤੇ ਤੁਸੀਂ ਦੋਨੀ ਵਾਰ ਸੰਮਣ ਤੁਹਾਡੇ ਆਏ ਆ ਮੈਂ ਕਿਹਾ ਮੇਰੀ ਇੱਕ ਤਰੀਕ ਮਿਸ ਨਹੀਂ ਹੋਈ ਜੇ ਮੈਨੂੰ ਸੱਦੂਗੇ ਤਾਂ ਮੈਂ ਆਊਂਗਾ ਮੇਰਾ ਕੋਈ ਗੁਣਾ ਹੈ ਨਹੀਂ ਮੈਂ ਕੋਈ ਪਾਪ ਨਹੀਂ ਕੀਤਾ ਨਿੱਕਾ ਮਾਮੂਲੀ ਜਿਹਾ ਕੇਸ ਆ ਅਤੇ ਮੈਨੂੰ ਸੱਦੂਗੇ ਕਿਉਂ ਨਾ ਆਊਂਗਾ ਯਾਰ ਮੈਂ ਮੈਨੂੰ ਸੱਦੇ ਹੀ ਕਿਸੇ ਨੇ ਨਹੀਂ ਪਰ ਨਹੀਂ ਯਾਰ ਪਰ ਫਿਰ ਨਾ ਹੁਣ ਐਤਕੀ ਵਾਰਨਿੰਗ ਦਿੱਤੀ ਅਤੇ ਮੈਂ ਆਪਣੇ ਵਕੀਲ ਨੂੰ ਇੱਧਰ ਵਾਲੇ ਨੂੰ ਵੀ ਫੋਨ ਕੀਤਾ ਇੱਕ ਵਕੀਲ ਇੱਕ ਤਾਂ ਵਕੀਲ ਚੱਲਦਾ ਮੇਰਾ ਡੀ ਸੀ ਪੀ ਸਾਹਿਬ ਦੇ ਨਾ ਜਿਹੜਾ ਦੂਜਾ ਵਕੀਲ ਹੈ ਉਹਨੂੰ ਮੈਂ ਫੋਨ ਲਾਇਆ ਆਪਣਾ ਹੈਗਾ ਮਿੱਤਰ ਦਾ ਅਤੇ ਮੈਂ ਕਿਹਾ ਸਾਹਿਬ ਗੱਲ ਇੱਦਾਂ ਆ ਕਿ ਉੱਧਰ ਵੀ ਰਿਪੋਰਟ ਦਰਜ ਹੋਈ ਆ ਕਹਿੰਦਾ ਸ਼ਾਇਦ ਹੋਈ ਹੋਵੇ ਮੈਂ ਕਿਹਾ ਨਹੀਂ ਨਹੀਂ ਸਰ ਹੋਈ ਆ ਤਾਂ ਹੀ ਉਹ ਤੁਹਾਨੂੰ ਫੋਨ ਕੀਤਾ ਕਿਉਂਕਿ ਜਦੋਂ ਇਹਨਾਂ ਨੇ ਥਾਣੇ ਰਿਪੋਰਟ ਦਿੱਤੀ ਮੈਂ ਉਹਦੇ ਵਕੀਲ ਕਰਾ ਲਿਆ ਪੈਸੇ ਵਕੀਲ ਨੂੰ ਉਹਦੇ ਦੇ ਦਿੱਤੇ ਅਤੇ ਕਹਿੰਦਾ ਇੱਦਾਂ ਕਰੋ ਤੁਹਾਨੂੰ ਤਰੀਕ ਆਉਣ ਲਈ ਲੋੜ ਹੀ ਨਹੀਂ ਵਕੀਲ ਸਾਹਿਬ ਵੀ ਕਹਿੰਦੇ ਠੀਕ ਆ ਵਕੀਲ ਸਾਹਿਬ ਦੀ ਬੋਲੀ ਸੁਣ ਲਓ ਉਹ ਕਹਿੰਦਾ ਤੁਹਾਨੂੰ ਤਰੀਕੇ ਆਉਣ ਦੀ ਲੋੜ ਨਹੀਂ ਮੈਂ ਹੀ ਨਿਬੇੜ ਦੂੰਗਾ ਮੈਂ ਕਿਹਾ ਸਰ ਉਹ ਤਾਂ ਸਾਫ਼ ਸਾਫ਼ ਲਿਖਿਆ ਕਿ ਦੋ ਤਰੀਕੇ ਤੋਂ ਨਹੀਂ ਹੈ ਤੀਜੇ ਤਰੀਕੇ ਤੇਰਾ ਕੰਮ ਖਰਾਬ ਹੋਊਗਾ ਸਮਝਦੇ ਹਾਂ ਐਕਸ਼ਨ ਲਊਗਾ ਐਕਸ਼ਨ ਮਤਲਬ ਪੀ ਓ ਕਰਦੇ ਹਾਂ ਕੋਈ ਲੈਟਰ ਪਟਰਮ ਨਿੱਕੇ ਜਾ ਕੇ ਇਹ 'ਚ ਕਰ ਦੇਣਗੇ ਮੈਨੂੰ ਜਾਣਾ ਹੀ ਪੈਣਾ ਹੈ ਤਾਂ ਸਾਡਾ ਵਕੀਲ ਕਹਿੰਦਾ ਨਾ ਆਇਓ ਮੈਂ ਸਰ ਇਹੀ ਪੁੱਛਣਾ ਭੂਮੇ ਨੂੰ ਕਿ ਭੂਮਾ ਸ਼ਾਹ ਜੀ ਤੁਹਾਨੂੰ ਇੰਨਾ ਆਪਣਾ ਪਿਆਰ ਆ ਹੈ ਨਾ ਮੈਂ ਔਨ ਕੈਮਰਾ ਤਾਂ ਚੱਲਣਾ ਹੁਣ ਆਪਾਂ ਚੱਲੇ ਭੂਮੇ ਕੋਲ ਪਰ ਗੱਲ ਇਹ ਆ ਯਾਰ ਇੰਨਾ ਪਿਆਰ ਆ ਰੋਣਾ ਉਹਦਾ ਭੈਣ ਚੋ ਸੜੇ ਸੜੇ ਕੇਸਾਂ 'ਚ ਫਸ ਗਿਆ ਏਡੇ ਏਡੇ ਤਕੜੇ ਕੇਸਾਂ 'ਚੋਂ ਨਿਕਲਿਆ ਹੋਇਆ ਨਾ ਉਹ ਪਰਮਾਤਮਾ ਉਹ ਰੱਬ ਉਹਨੇ ਮੈਨੂੰ ਇੱਥੋਂ ਇੱਥੋਂ ਬਚਾਇਆ ਜਿੱਥੋਂ ਕੋਈ ਸੋਚ ਨਹੀਂ ਸਕਦਾ ਬਚ ਸਕਦਾ ਅਤੇ ਮੈਂ ਸੁਧਰਿਆ ਵੀ ਤਾਂ ਹੀ ਹਾਂ ਜਦੋਂ ਮੈਨੂੰ ਪਤਾ ਸੀਗਾ ਨਾ ਮੌਤ ਸਾਹਮਣੇ ਹੈ ਕਿਆ ਖੂਬ ਨਜ਼ਾਰਾ ਹੈ ਬੱਬੂ ਮਾਂ ਦਾ ਗਾਣਾ ਸੀ ਉਹ ਗੱਲ ਮੌਤ ਸਾਹਮਣੇ ਹੀ ਤਾਂ ਖੂਬ ਨਜ਼ਾਰਾ ਸੀ ਤਾਂ ਉਦੋਂ ਮੈਨੂੰ ਪਤਾ ਲੱਗ ਗਿਆ ਉਦੋਂ ਮੈਂ ਸਹੁੰ ਖਾਧੀ ਅਤੇ ਮੈਂ ਪਰਮਾਤਮਾ ਨੂੰ ਕਿਹਾ ਸੀ ਕਿ ਪਰਮਾਤਮਾ ਕਦੀ ਗਲਤ ਕੰਮ ਨਹੀਂ ਕਰੂੰਗਾ ਜੇ ਕੋਈ ਮਜਬੂਰ ਕਰੂ ਹੋ ਗਿਆ ਗੱਲ ਵੱਖਰੀ ਆ ਉੱਦਾਂ ਲੜਾਈ ਝਗੜੇ 'ਚ ਨਹੀਂ ਪੈਣਾ ਨਾ ਇੱਦਾਂ ਕੀਤਾ ਸੀ ਪਰ ਫਿਰ ਉਹਨਾਂ ਕੇਸਾਂ 'ਚ ਬਚੇ ਹੋਏ ਆ ਪਰਮਾਤਮਾ ਬਚਾਉਣ ਵਾਲਾ ਤੁਹਾਨੂੰ ਪਤਾ ਰੱਬ ਬਚਾਉਣ ਵਾਲਾ ਸੱਚੇ ਸੀਗੇ ਬਚ ਗਏ ਕਿਉਂਕਿ ਉਹ ਕੇਸ ਇੱਕ ਪਿਆ ਹੀ ਨਜਾਇਜ਼ ਉਹ ਵੀ ਬਹੁਤ ਤਕੜਾ ਪਰ ਇਹ ਤਾਂ ਯਾਰ ਕੇਸ ਬਹੁਤ ਮਾਮੂਲੀ ਜਿਹਾ ਨਿੱਕੇ ਜਿਹੇ ਜਿਹ 'ਚੋਂ ਮੈਨੂੰ ਪੀ ਓ ਦੇ ਦੇਣਾ ਹੈ ਨਾ ਫਿਰ ਹੁਣ ਮੈਂ ਚੱਲਾਂ ਭੂਮੇ ਤੋਂ ਭੂਮੇ ਨੇ ਫੋਨ ਕੀਤਾ ਕਿੱਥੇ ਆ ਕਹਿੰਦਾ ਬਬਲੂ ਚਿੱਕ ਚਿੱਕ ਬੈਠੇ ਆ ਜਿੱਥੇ ਅਸੀਂ ਰੋਜ਼ ਖਾਣ ਪੀਣ ਬਹਿੰਦੇ ਹੀ ਹਾਂ ਅਤੇ ਇਹ ਤਾਂ ਮੈਂ ਰੁਕ ਜਾ ਮਾੜੀ ਮੋੜ ਲਵਾਂ ਤੂੰ ਨਾ ਉਹ ਯਾਰ ਖਿੱਚ ਕਿਉਂ ਨਾ ਆਊਗੀ ਹੁਣ ਕੋਈ ਇਹ ਨਾ ਕਹਿੰਦੇ ਗੱਡੀ 'ਚ ਬਹਿ ਕੇ ਬਲੌਗ ਬਣਾਈ ਜਾਂਦਾ ਜੇ ਗੱਡੀ 'ਚ ਬਲੌਗ ਨਹੀਂ ਪਸੰਦ ਅਨਸਬਸਕ੍ਰਾਈਬ ਕਰੋ ਜੋ ਜਾਓ ਵਾਰ ਵਾਰ ਨਹੀਂ ਮੈਥੋਂ ਕਿਹਾ ਜਾਂਦਾ ਠੀਕ ਆ ਜਿਹੜੇ ਪਿਆਰ ਕਰਦੇ ਉਹ ਗੱਡੀ 'ਚ ਵੀ ਦੇਖਦੇ ਗੱਲਾਂ ਬੰਦੇ ਦੀਆਂ ਗੱਲਾਂ ਮੈਟਰ ਕਰਦੀਆਂ ਗੱਲਾਂ ਉਹ ਕੀ ਬਕਦਾ ਆ ਤੋਰੇ ਫੇਰੇ ਤਾਂ ਦੁਨੀਆਂ ਸਾਰੀ ਕਰੀ ਜਾਂਦੀ ਆ ਜੇ ਨਹੀਂ ਗੱਲਾਂ ਪਸੰਦ ਛੋਟੇ ਭਾ ਤੁਸੀਂ ਨਾ ਗਲਤ ਕਮੈਂਟ ਕਰੋ ਨਾ ਕੁਝ ਤੁਸੀਂ ਅਨਸਬਸਕ੍ਰਾਈਬ ਕਰ ਦਿਓ ਯਾਰ 20,000 ਘੱਟ ਜੂ 50,000 ਘੱਟ ਜੂ ਲੱਖ ਘੱਟ ਜੂ ਜਿਹੜੇ ਜੁੜੇ ਉਹ ਤਾਂ ਜੁੜੇ ਰਹਿਣਗੇ ਨਾ ਮੇਰਨਾ ਚਾਹੀਦੇ ਆਪਾਂ ਨੂੰ ਜਿਹੜੇ ਵਧੀਆ ਪਿਆਰ ਕਰਦੇ ਦਿਲੋਂ ਠੀਕ ਆ ਲਾਈਕ ਕਰਿਆ ਕਰੋ ਵੀਡੀਓ ਨੂੰ ਮੈਂ ਫਿਰ ਵੀ ਇੱਦਾਂ ਕੰਮ ਕਿਹੜਾ ਫਿਰ ਵੀ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਪਿਛਲੀ ਵੀਡੀਓ ਨੋਰਮਲ ਗੱਲ ਇੱਕ ਦੱਸਦਾ ਮੈਂ ਪਿੱਛੇ ਜੇ ਭਰਾ ਦੀ ਵੀਡੀਓ ਪਾਈ ਗਾਣਾ ਗਾਉਂਦੇ ਦੀ
ਤੇ ਉਹ ਵੀਡੀਓ ਚ ਇੱਦਾਂ ਹੋ ਗਈ ਉਹ ਉਹਦਾ ਕਹਿੰਦਾ ਮੈਨੂੰ ਘਰੋਂ ਗਾਲਾਂ ਪੈਣੀਆਂ ਵੀਡੀਓ ਕੋ ਡਿਲੀਟ ਕਰ ਦੋ ਮੈਂ ਪ੍ਰਾਈਵੇਟ ਕਰਤੀ ਮੈਂ ਅੱਜ ਤੱਕ ਇੰਨੀਆਂ ਵੀਡੀਓ ਪ੍ਰਾਈਵੇਟ ਕਰਤੀਆਂ ਨਾ ਯੂਟਿਊਬ ਨੂੰ ਲੱਗਣ ਲੱਗ ਪਿਆ ਕਿ ਇਹਦਾ ਚੈਨਲ ਨਹੀਂ ਗਾ ਕਿਸੇ ਦਾ ਚੈਨਲ ਇਹਨੇ ਆ ਗਿਆ ਰਿੜ ਕੇ ਸਾਰੀਆਂ ਵੀਡੀਓ ਪ੍ਰਾਈਵੇਟ ਕਰੀ ਜਾਂਦਾ ਜਿਹੜੀ ਹੁਣ ਲਾਸਟ ਵੀਡੀਓ ਪਾਈ ਸੀ ਹੈਰਾਨ ਹੋਵੋਗੇ ਉਹਦੇ ਵਿਊ 22 ਘੰਟਿਆਂ 'ਚ 18,000 ਵਿਊ 22 ਘੰਟਿਆਂ 'ਚ ਬੇਸ਼ੱਕ ਬਾਅਦ 'ਚ ਲੱਖ ਵੀ ਚੱਲ ਜਾਵੇ ਬੇਸ਼ੱਕ ਬਾਅਦ 'ਚ ਕੁਛ ਵੀ ਚੱਲ ਜਾਵੇ ਸਿਰਫ ਘੰਟੇ ਵਿੱਚ 20,000 ਤੋਂ 50,000 ਵਿਊ ਜਾਂਦਾ ਹੁੰਦਾ ਜੀ ਹੌਲੀ ਹੌਲੀ ਚੈਨਲ ਦਾ ਭੱਠਾ ਇੰਨਾ ਬੈਠ ਚੁੱਕਿਆ ਅਤੇ ਇੱਦਾਂ ਹੋਈ ਆ ਪਰ ਗੱਲ ਇਹ ਆ ਕੋਈ ਐਡੀ ਵੱਡੀ ਗੱਲ ਨਹੀਂ ਇਹ ਤਾਂ ਆਪਾਂ ਲੈਣ 'ਤੇ ਲਿਆਉਣਾ ਨਹੀਂ ਤਾਂ ਆਪਾਂ ਨਵਾਂ ਚੈਨਲ ਖੋਲ੍ਹਿਆ ਉੱਥੇ ਆਪਾਂ ਨਵੀਂ ਆਈਟਮ ਪੇਸ਼ ਕਰਨ ਲੱਗੇ ਹਾਂ ਉਹ ਲੈ ਆਉਣਾ ਉਹ ਵੱਡੀ ਗੱਲ ਨਹੀਂ ਬਾਕੀ ਉਹ ਬਬਲੂ ਚਿਕ ਚਿਕ ਕੋਰਨਰ ਆ ਗਿਆ ਆ ਅਤੇ ਆਪਾਂ ਮਿਲਦੇ ਹਾਂ ਭੂਮੀ ਨੂੰ ਉਹਨਾਂ ਨੂੰ ਸਿਰਫ ਇਹ ਪੁੱਛਣਾ ਕਿ ਭਾਸ਼ਾ ਜੀ ਤੁਹਾਨੂੰ ਆਪਣਾ ਇੰਨਾ ਪਿਆਰ ਆ ਦਿਲੋਂ ਪਿਆਰ ਆ ਠੀਕ ਹੈ ਜੀ ਅਸੀਂ ਤੁਸੀਂ ਪਰਚਾ ਵੀ ਸਾਡੇ 'ਤੇ ਕਰਾਇਆ ਮਹਿਮਾਨ ਹਾਨੀ ਦਾ ਪਰਚਾ ਕਰਾ ਸਕਦਾ ਜੀ ਬਾਬੇ ਠੀਕ ਆ ਮਹਾਨ ਹਾਨੀ ਦਾ ਕਰੋੜ ਦਾ ਪਰਚਾ ਕੋਈ ਵੱਜਿਆ ਨਹੀਂ ਝੜਦਾ ਮਹਾਨ ਹਾਨੀ ਦਾ ਪਰਚਾ ਕਰਾ ਸਕਦਾ ਮੈਨੂੰ ਤੰਗੀ ਦੇਣ ਡੇ ਭਰਾ ਸੀਗਾ ਮੈਂ ਨਹੀਂ ਕਰਾਇਆ ਪਰ ਗੱਲ ਇਹ ਆ ਯਾਰ ਇੱਕ ਪਾਸੇ ਡੀ ਸੀ ਪੀ ਦੇ ਤੋਂ ਉਹ ਦਿੱਤੀ ਆ ਕੰਪਲੇਂਟ ਦੂਏ ਪਾਸੇ ਦੂਜੀ ਕੋਰਟ 'ਚ ਵੀ ਕੇਸ ਚਲਾ ਤਾ ਫਿਰ ਕਹਿੰਦੇ ਕੇਸ ਤਾਂ ਪਤਾ ਨਹੀਂ ਕਿਹੜੇ ਮਹੀਨੇ ਦਾ ਦਰਜ ਹੋਇਆ ਮੈਂ ਕਿਹਾ ਯਾਰ ਇੰਨੇ ਚਾਹੀਦਾ ਦਰਜ ਹੋਇਆ ਤਾਂ ਦੱਸਣ ਮੈਨੂੰ ਅੱਜ ਜਿਹੜੇ ਆ ਨਹੀਂ ਨਹੀਂ ਕਹਿੰਦਾ ਤੁਸੀਂ ਤਰੀਕੇ ਮਿਸ ਕਰਦੇ ਰਹੇ ਆ ਮੈਂ ਕਿਹਾ ਮੈਂ ਪਾਗਲ ਆ ਮੈਂ ਤਰੀਕ ਕਿਉਂ ਮਿਸ ਕਰੂੰਗਾ ਯਾਰ ਜੇ ਮੈਂ ਨਵਾਂ ਆ ਕਿ ਮੈਨੂੰ ਪਤਾ ਨਹੀਂ ਲੱਗਦਾ ਤਰੀਕ ਹੈ ਮੇਰੀ ਮੈਂ ਜਾਣਾ ਨਹੀਂ ਹੁਣ 9 ਨੂੰ 1 ਤਰੀਕ ਪਾ ਦਿੱਤੀ ਆ ਡੀ ਸੀ ਪੀ ਸਾਹਿਬ ਦੇ ਅਤੇ 10 ਨੂੰ ਆਹ ਪਾ ਦਿੱਤੀ ਆ ਦੋਨੀ ਹੈ ਕਿਹੜੀ ਇੱਕ ਬੰਦੇ ਤੋਂ ਹੀ ਕੱਢ ਲਓ ਜੀ ਕੱਢ ਲਓ ਸਾਹਿਬ ਜੀ ਅਸੀਂ ਤਾਂ ਹੌਲੀ ਹੌਲੀ ਜਾਂਦੇ ਰਹਾਂਗੇ ਲਓ ਜੀ ਲਓ ਤੁਸੀਂ ਕੱਢ ਲਓ ਕੱਢ ਲਓ ਪਰਮਾਤਮਾ ਭਲਾ ਕਰੇ ਅਤੇ ਇੱਕ ਬੰਦੇ ਵੱਲੋਂ 2 ਕੇਸ ਚੱਲਣ ਡੇ ਆ ਠੀਕ ਹੈ ਜੀ ਇੱਕ ਪਾਸੇ ਖੱਜਲ ਹੋ ਜਾਵੇ ਬੰਦਾ ਉਹੀ ਬਹੁਤ ਹੁੰਦਾ ਪਹਿਲੀ ਗੱਲ ਤਾਂ ਮੈਂ ਡੀ ਸੀ ਪੀ ਸਾਹਿਬ ਨੂੰ ਐਤਕੀ ਕਹਿਣਾ ਆ ਡੀ ਸੀ ਪੀ ਆ ਡੀ ਐਸ ਐਸ ਪੀ ਜੋ ਵੀ ਭੱਪ ਸਾਹਿਬ ਆ ਮੈਂ ਉਹਨਾਂ ਨੂੰ ਕਹਿਣਾ ਯਾਰ ਬਹੁਤ ਖੱਜਲ ਹੋ ਗਿਆ ਕਹਿੰਦੀ ਨੰਦੂ ਮੈਂ ਕਿ ਜਾਂ ਇੱਕ ਪਾਸਾ ਕਰੋ ਜਾਂ ਦੂਜੀ ਧਿਰ ਨੂੰ ਸੱਦੋ ਮੇਰੇ ਬਿਆਨ ਲਓ ਠੀਕ ਹੈ ਮੇਰੇ ਬਿਆਨ ਲਓ ਮੇਰੇ ਤੋਂ ਗੱਲਾਂ ਪੁੱਛੋ ਜਿਹੜੀ ਪੁੱਛਣੀ ਚਾਹੁੰਦੇ ਮੈਂ ਜਵਾਬ ਦੇ ਹਾਂ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਨਾ ਉਹ ਮੈਂ ਕਾਹਦੇ ਕੀਤੀ ਜੇ ਮੈਂ ਕਿਸੇ ਨੂੰ ਕੁਝ ਕਹਿ ਦਿੱਤਾ ਮੈਂ ਜਵਾਬ ਦੇ ਹਾਂ ਜੇ ਮੈਨੂੰ ਗਲਤ ਲੱਗਾ ਫਿਰ ਤੁਸੀਂ ਜੋ ਮਰਜ਼ੀ ਕਰੋ ਜੇ ਮੈਂ ਗਲਤ ਨਹੀਂ ਕਿਸੇ ਨਿਬੇੜੋ ਦੂਜੀ ਧਿਰ ਨੂੰ ਵੀ ਤਾਂ ਸੱਦੋ ਨਾ ਯਾਰ 8 ਤਰੀਕਾਂ ਦੂਜੀ ਧਿਰ ਨੂੰ ਸੱਦਿਆ ਸੁੱਦਿਆ ਹੀ ਨਹੀਂ ਕਹਿ ਦਿੰਦੇ ਆਈ ਸਾਹਮਣ ਭੇਜੇ ਆਜੂਗੇ ਉਹ ਆਏ ਨਹੀਂ ਅਤੇ ਜਦੋਂ ਚਲੋ ਕਹਿ ਕੰਮ ਨਿਬੜਨ 'ਤੇ ਆਇਆ ਕਹਿੰਦੇ ਆਈਓ ਨਹੀਂ ਆਉਣ ਡਿਆ ਅਤੇ ਹੁਣ ਆਈਓ ਆਊਗਾ ਉਦੋਂ ਨਿਬੜਨਾ ਜਦੋਂ ਨਿਬੜਨ 'ਤੇ ਆਇਆ ਹੁਣ ਡਾਕੀਆ ਦੂਜਾ ਕਹਿੰਦੇ ਹੁੰਦੇ ਆ ਉਹ ਕੀ ਕਹਿੰਦੇ ਹੁੰਦੇ ਆ ਉਹ ਆ ਗਿਆ ਹੁਣ ਮੈਨੂੰ ਕਹਿਣਾ ਨਹੀਂ ਆਉਂਦਾ ਸੰਭਣ ਤਾਂ ਆ ਗਿਆ ਕੌਣ ਲੈ ਕੇ ਆਉਂਦਾ ਹੁੰਦਾ ਯਾਰ ਭਲਾ ਸੰਭਣ ਲੈ ਕੇ ਗੱਲ ਕਰਦਾ ਚੱਲ ਸੰਭਣ ਆ ਗਿਆ ਸੰਭਣ ਕਹਿੰਦਾ ਹੁਣ ਤੁਸੀਂ ਸਾਈਨ ਕਰ ਦਿਓ ਮੈਂ ਕਹਿ ਦੂੰਗਾ ਕਿ ਢੋਲ ਵਜਾ ਗਿਆ ਆ ਜਿੱਦਾਂ ਹੁੰਦਾ ਹੀ ਉਹਨਾਂ ਦਾ ਕਿ ਹਾਂ ਵੀ ਢੋਲ ਵਜਾ ਤਾ ਆ ਕਿ ਆਹ ਸਾਰਾ ਕੁਝ ਕਰਕੇ ਚਲੋ ਮੈਂ ਸਾਈਨ ਕਰਤੇ ਵਕੀਲ ਨੂੰ ਪੁੱਛ ਕੇ ਹੁਣ ਮੈਂ 10 ਤਰੀਕ ਨੂੰ ਵੀ ਤਰੀਕ 'ਤੇ ਜਾਊਂਗਾ ਪਰ ਹੁਣ ਮੈਂ ਪਹਿਲਾਂ ਪੁੱਛਾਂ ਸਾਹਿਬ ਉਹਨਾਂ ਨੂੰ ਕਿ ਭਾਜੀ ਸਾਡਾ ਕਸੂਰ ਦੱਸ ਦਿਓ ਤੁਸੀਂ ਗਵਾਹ ਯਾਰ ਤੁਸੀਂ ਇੰਨਾ ਦੱਸੋ ਤੁਸੀਂ ਮੇਰੇ ਬਲੌਗ ਦੇਖਦੇ ਸੀ ਤੁਸੀਂ ਭੂਮੇ ਨੂੰ ਵੀ ਦੇਖਦੇ ਸੀ ਤੁਸੀਂ ਸਾਨੂੰ ਪਿਆਰ ਕਰਦੇ ਸੀ ਤੁਹਾਨੂੰ ਜੇ ਲੱਗਾ ਹੋਵੇ ਮੈਂ ਭੂਮੇ ਨਾਲ ਗੱਲ ਦੇਖੋ ਜੀ ਨੰਦੂ ਨਾਲ ਮੇਰਾ ਬਹੁਤ ਪਿਆਰ ਆ ਬਹੁਤ ਭਰਾਵਾਂ ਨਾਲੋਂ ਜ਼ਿਆਦਾ ਪਿਆਰ ਆ ਹੈਂ ਜਾਂ ਗਾਂ ਜੇ ਨੰਦੂ ਮੇਰੇ ਨਾਲ ਵਿਗੜ ਜਾਵੇ ਹੈਂ ਕਿਸੇ ਗੱਲੋਂ ਵੀ ਵਿਗੜ ਜਾਵੇ ਠੀਕ ਹੈ ਨਿੱਕੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਵੱਖਰੀ ਗੱਲ ਆ ਮੈਂ ਨੰਦੂ ਨੂੰ ਕਿਹਾ ਜੇ ਕਦੀ ਮੇਰੇ ਤੋਂ ਕੋਈ ਗਲਤੀ ਹੋ ਗਈ ਤੂੰ ਮੈਨੂੰ ਦੱਸ ਦੇਣਾ ਕਿ ਭਾਜੀ ਇਹ ਤੇਰੀ ਗਲਤੀ ਆ ਆਪਾਂ ਇੱਦਾਂ ਨਵੇ ਲੈਣਾ ਇਹਦਾ ਮਤਲਬ ਇਹ ਥੋੜ੍ਹਾ ਨੰਦੂ ਮੈਂ ਤੇ ਪਰਚਾ ਕਰਾ ਦੂੰ ਯਾਰ ਇਹ ਤਾਂ ਬਹੁਤ ਗਲਤ ਗੱਲਾਂ ਹੋ ਜਾਂਦੀਆਂ ਯਾਰ ਜਾਂ ਮੈਂ ਕਿਸੇ ਨੂੰ ਛੇੜਤਾ ਹੋਵੇ ਜਾਂ ਮੈਂ ਸਿਰ ਪਾੜਤਾ ਮੱਥਾ ਪਾੜਤਾ ਜਾਂ ਮੈਂ ਧਮਕੀਆਂ ਦਿੰਦਾ ਹਾਂ ਕੁਛ ਨਹੀਂ ਇੱਦਾਂ ਦਾ ਹੋਇਆ ਯਾਰ ਲੋਕੀ ਬਹੁਤ ਚੱਕਦੇ ਆ ਭੂਮੇ ਨੂੰ ਲੋਕਾਂ ਨੇ ਚੱਕਿਆ ਹੀ ਇੰਨਾ ਹਵਾ ਇੰਨੀ ਭਰੀ ਕਿ ਆਹ ਕੁਝ ਹੋ ਗਿਆ ਯਾਰ ਮੈਂ ਹੁਣ ਰਾਤ ਨੂੰ ਦੇਖੋ ਜੀ
ਮੇਰੀ ਲਾਈਫ ਇੱਦਾਂ ਦੀ ਆ, ਦੇਖਣ ਨੂੰ ਤੁਹਾਨੂੰ ਲੱਗਦਾ ਕਿ ਮੈਂ ਵਧੀਆ ਜੀਣ ਆ, ਕੋਈ ਸ਼ੱਕ ਨਹੀਂ, ਵਾਹਿਗੁਰੂ ਨੇ ਬਹੁਤ ਘੈਂਟ ਲਾਈਫ ਦਿੱਤੀ ਆ, ਪਰ ਫਿਰ ਵੀ ਸਾਡੇ ਘਰਦਿਆਂ ਨੂੰ ਬਹੁਤ ਫਿਕਰ ਹੁੰਦੀ ਆ ਜਦੋਂ ਮੈਂ ਰਾਤ ਨੂੰ ਘਰੋਂ ਬਾਹਰ ਜਾਂਦਾ, ਭਾਵੇਂ 7 ਵਜੇ ਅੱਜ ਕੱਲ੍ਹ ਹਨੇਰਾ ਪੈ ਜਾਂਦਾ, ਪਰ ਹੁਣ ਘਰੋਂ ਫੋਨ ਤੋਂ ਫੋਨ ਆਉਣ ਡਿਆ ਉਹਦੇ, ਆਪਾਂ ਨੰਦੂ ਇਸ਼ਾਰੇ ਕਰੀ ਜਾਂਦਾ ਘਰੇ ਫੋਨ ਆਉਣ ਡਿਆ, ਬੇਸ਼ੱਕ ਨੰਦੂ ਦੇ ਫੋਨ 'ਚ ਭਾਂਡਣਾ ਮੇਰਾ ਆ ਪਿਆ, ਅਤੇ ਇਹ ਤਾਂ ਘਰੋਂ ਬਾਹਰ ਵੀ ਨਹੀਂ ਰਾਤ ਨੂੰ ਜਾਈਦਾ, ਸਿਆਣੇ ਬਣੇ ਹੋਏ ਆ। ਪਰ ਅੱਜ ਕੱਲ੍ਹ ਮੈਂ ਕਲੀਅਰ ਕਰਨੀ ਸੀ ਯਾਰ, ਮੇਰੇ ਫੋਨ 'ਚ 3-4 ਬਲੌਗ ਬਣੇ ਪਏ, ਉਹ ਨਹੀਂ ਪਾਉਣੇ, ਪਰ ਇਹ ਮੈਂ ਪਹਿਲੋਂ ਪਾਉਣਾ ਯਾਰ ਤਰੀਕ ਤੋਂ, ਖੱਜਲ ਕਿਉਂ ਕਰਨਾ ਯਾਰ ਮੈਨੂੰ ਯਾਰ, ਜੇ ਮੈਂ ਇੱਦੂ ਹਾਂ ਨਾ ਨੰਦੂ, ਹਾਂਜੀ ਹਾਂਜੀ, ਬੰਦਾ ਭੜਕਾਇਆ ਹੁੰਦਾ ਨਾ ਲਾਗ ਡਾਡ ਜਿੰਨਾ ਨਾ, ਹਾਂਜੀ ਭੜਕਾਇਆ ਨੀ ਮਤਲਬ, ਚਲੋ ਵੱਢ ਵਢਾਂਗਾ 307 ਤੱਕ ਦਾ ਕੀਤਾ ਹੁੰਦਾ, ਉਹੀ ਮਾੜਾ ਮੋਟਾ ਰਾਜੀਨਾਮਾ ਹੋ ਜਾਣਾ ਇੰਨੇ ਚਿਰ ਨੂੰ ਤਾਂ, ਉਹਦਾ ਹੋ ਜਾਣਾ, ਨਿਬੜ ਜਾਣਾ ਈ, 1.5-2 ਸਾਲ ਹੋ ਗਏ ਖੱਜਲ ਹੁੰਦੇ ਨੂੰ, ਇਹਨਾਂ ਨੂੰ ਕਤਲ ਮਾਫ਼ ਕਰ ਦਿੰਦੇ ਲੋਕੀ, ਇਹ ਤਾਂ ਕੀਤਾ ਕੁਛ ਨੀ ਯਾਰ, ਉੱਤੋਂ ਹੈ ਕੌਣ ਮੇਰਾ ਭਰਾ ਜਿਹੜਾ ਯਾਰ ਦੋਸਤ ਖਾਸ, ਪਰ ਮੋਹਰੇ ਕਹਿ ਦਿੰਦਾ ਕਿ ਮੈਂ ਕੀਤਾ ਕੁਛ ਨੀ, ਹੁਣ ਮੈਂ ਕੀ ਕਰਾਂ, ਚਲੋ ਯਾਰ ਵਾਧੂ ਗੱਲ ਨਹੀਂ ਕਰਨਾ, ਸਾਹਮਣੇ ਆ ਗਿਆ, ਚਲੋ ਮਿਲਦੇ ਆ ਭਾਜੀ, ਚਲੋ ਪਹਿਲਾਂ ਉਹਦੇ ਦੇਖੀਏ ਬੈਠੀਏ, ਮੁੰਡੇ ਜ਼ਿਆਦਾ ਨਾ ਬੈਠੇ ਹੋਣ, ਹੁਣ ਮੁੰਡਿਆਂ ਸਾਹਮਣੇ ਗੱਲ ਕਿੱਦਾਂ ਕਰੂੰਗਾ, ਮੈਨੂੰ ਤਾਂ ਇਹ ਨੀ ਸਮਝ ਆਈ, ਮੈਂ ਕਰ ਦੇਣੀ ਜਿੰਨੇ ਮਰਜ਼ੀ ਮੁੰਡੇ, ਕੋਈ ਨੀ ਭਾਜੀ ਕਰ ਦਵਾਂ, ਹੋਰ ਪਤਾ ਹੀ ਆ, ਚੱਲ ਕੋਈ ਨਾ ਨੰਦੂ, ਚੱਲ ਅੰਦਰ ਚੱਲੀ, ਕੱਪੜੇ ਲਿਪੜੇ ਹੋਏ ਨੰਦੂ ਉਹ ਸਾਫ਼ ਕਰਦਾ, ਮੈਂ ਕਿਹਾ ਨੰਦੂ ਹੁਣ ਬਾਅਦ ਚ ਕਰਦੇ, ਚਲੋ 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 ਅੰਦਰ ਦੇਖੀਏ ਸਾਹਿਬ ਉਹਨਾਂ ਨੂੰ ਮਿਲੀਏ ਜਿਹਨਾਂ ਨੇ ਸਾਨੂੰ ਸੱਦਿਆ, ਏਦਾਂ ਦੇ ਇਲਾਕੇ 'ਚ ਬਹਿੰਦਾ ਨਹੀਂ ਹੁੰਦਾ ਮੁੰਡਾ, ਅੱਜ ਸ਼ੋਭਰ ਕੋਈ ਖਾਸ ਹੀ ਆਏ ਆ ਉਹਦੇ ਮਿੱਤਰ, ਆਪੋ ਮੈਂ ਕਿਹਾ ਤੇ ਵਾ ਭੋਮਾ ਭੋਮਾ ਨਿਕਲ ਗਿਆ, ਪਿੱਛੇ ਬੈਠੇ ਕਿਹੜੇ ਨੇ ਅਨੰਦ, ਉਹ ਪਿੱਛੇ ਬੈਠਾ ਪਿੱਛੇ, ਉੱਧਰ ਉੱਧਰ ਪਿੱਛੇ, ਇੱਧਰ ਕਿਹੜੇ ਪਿੱਛੇ ਬਹਿ ਗਿਆ, ਲੜਾਈ ਦੇ ਮੂਡ ਚ ਬੈਠਾ ਲੱਗਦਾ ਸਾਲਾ, ਹੈਲੋ ਨਾ ਇਹ ਤਾਂ ਚਾਚੂ 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 ਪੁੱਤ ਏਦਾਂ ਹੀ ਹੈ, ਕਿੱਦਾਂ ਪੁੱਤ, ਓ ਮਾਈ ਗੋਡ ਬ੍ਰੋ, ਪੈਗ ਵਾਲਾ ਕੰਮ ਵੀ ਸ਼ੁਰੂ ਕਰਤਾ, ਉਹ ਇੱਕ ਗੱਲ ਦੇਖੀ ਆ, ਕਿੱਦਾਂ ਮੇਰਾ ਭਰਾ ਹਰ ਕੇ, ਸੋਰੀ ਮੇਰਾ ਭਰਾ ਬਲੌਗ ਸ਼ੁਰੂ ਕਰਦਾ, ਗੁੱਸਾ ਤਾਂ ਨਹੀਂ ਕੋਈ, ਕਿੱਦਾਂ ਭੋਮੇ, ਉਹ ਤੂੰ ਪੈਗ ਕਦੋਂ ਲਾਉਣਾ ਸ਼ੁਰੂ ਕਰਦਾ, ਤੂੰ ਤਾਂ 2 ਸਾਲ ਮਹੀਨਾ ਤਾਂ ਬੀਤੀ ਨੀ ਹਰ ਕੇ, ਮੈਨੂੰ ਪਤਾ ਹੀ ਕਹਿੰਦਾ, ਕਹਿੰਦਾ ਮੈਂ ਪੀਂਦਾ ਹੀ ਨੀ, ਅੱਜ ਆਨਲਾਈਨ ਮੈਂ ਕੈਮਰੇ ਤੇ ਚੱਲਦਾ ਹੀ ਆਇਆ ਤਾਂ ਫੜਿਆ ਗਿਆ, ਓਏ ਮੈਂ ਵੀ ਡਿੱਗਦਾ ਆ, ਮੇਰੇ ਭਰਾ ਨੂੰ ਪੁੱਛਦਾ ਹਰ ਕੇ ਦੱਸਿਆ ਕੀ, ਦੱਸੇ ਕੀ ਹੋਇਆ ਵੀਰੇ, ਅੱਜ ਹੀ ਬੀਤੀ, ਕਿੰਨੇ ਚਿਰ ਬਾਅਦ, ਯਾਰ ਉਹ ਤਾਂ ਪੀ ਲਈ, ਕਾਹਨੂੰ ਪੀ ਲਈ ਜੇ ਛੱਡੀ, ਮੇਰਾ ਭਰਾ ਯਾਰ ਪੱਖਾ ਬੰਦ ਕਰਾ ਦਈਏ ਆਪਾਂ ਵੀਰੇ, ਪੱਖਾ ਬੰਦ ਕਰਾ ਦੀਆਂ ਗੱਲਾਂ ਨੀ ਸੁਣਨੀਆਂ ਆਪਾਂ ਨੂੰ, ਚੱਲ ਪੈਗ ਲੱਗਾ ਹੁਣ ਮੈਂ ਤੈਨੂੰ ਇਸ ਵੇਲੇ ਗੱਲ ਕੀ ਕਰਾਂ, ਗੱਲ ਤਾਂ ਮੈਂ ਬਹੁਤ ਤਕੜੀ ਕਰਨ ਆਇਆ ਸੀ, ਤੂੰ ਮੇਰਾ ਭਰਾ ਆਇਆ ਨਾ, ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਪਰਚਾ ਪੁਰਚਾ ਵਾਪਸ ਲਊਂਗਾ ਜਿਹੜਾ ਵੀ ਜਿਹਨੇ ਵੀ ਤੇਰੇ ਤੋਂ ਕਰਾਇਆ, ਹੈ ਨਾ, ਡੀ ਸੀ ਪੀ ਦੇ ਪੇਸ਼ ਹੋਊਂਗਾ, ਚੱਲ ਉਹ ਗੱਲ ਮੌਕੇ ਡੀ ਸੀ ਪੀ ਵੀ ਕਹਿੰਦਾ ਚੱਲ ਠੀਕ ਆ, ਹਾਂ ਹੁਣ ਨਵੇਂ ਨਵੇਂ ਆ ਸੰਭਣ ਆਏ ਜਿਹੜੇ ਮੈਂ ਤੈਨੂੰ ਭੇਜਿਆ ਤੇ ਪੜ੍ਹ, ਬੰਦਾ ਜਾ ਕੇ ਏਦਾਂ ਦੀ ਗੱਲ, ਆਹ ਪਿੰਡ ਦੇ ਪਾਸੇ ਮੈਂ ਬੈਠਾ, ਆਹ ਬੈਠਾ ਅਰਵਿੰਦ, ਆਹ ਵਿਚਲੇ ਜਿਹੜੇ ਤੁਰੇ ਫਿਰਦੇ ਨਾ,
ਇੱਕ ਤਰੀਕ ਮਿਸ ਹੋ ਗਈ, ਦੋ ਤਰੀਕ ਮਿਸ ਹੋ ਗਈ, ਮੈਂ ਕਿਹਾ ਇਸ ਵਾਰੀ ਵੀ ਨੀ ਮੇਰੇ ਤੋਂ ਜਾ ਹੋਣਾ, ਕਹਿੰਦਾ ਏਦੂ ਬਾਅਦ ਚ ਐਕਸ਼ਨ ਮਤਲਬ ਭਗੌੜਾ ਕਰ ਦੇਣਾ। ਮੈਂ ਕਿਹਾ ਐਡੀ ਸਕੀ ਮੈਂ ਬੰਦਾ ਮਾਰਤਾ, ਏਡਾ ਮੈਂ ਕੀ ਕਰਤਾ। ਮੈਂ ਕਿਹਾ ਇੱਕ ਪਹਿਲੀ ਗੱਲ ਤਾਂ ਉਹਨੇ ਮੇਰੇ ਤੇ ਪਰਚਾ ਨੀ ਕਰਾਇਆ, ਤੇ ਮੈਂ ਕਿਹਾ ਚੱਲ ਠੀਕ ਆ, ਤੇ ਦੂਜਾ ਵੀ ਕਿਸੇ ਨੇ ਕਰਵਾ ਵੀ ਦਿੱਤਾ। ਮੈਂ ਕਿਹਾ ਐਡੀ ਸਾਡੇ ਜੀ ਲੜਾਈ ਨੀ ਹੋਈ ਸੀ ਜਿੱਡੀ ਲੋਕਾਂ ਨੇ ਪਵਾਤੀ, ਲੋਕੀ ਵਿਚਲੇ ਭੈਣ ਚੋਦ ਨੂੰ, ਉਹ ਤਾਂ ਮੈਂ ਕਹੀ ਜਾਣਾ ਵਿਚਲੇ, ਉਹ ਤਾਂ ਬੀਤੀ ਕਾਹਦੇ ਆ। झूठ ना बोली मेरा भरा, सच्ची गल है, 3 साल रहा हो गया। मैं पहला बोमेंट मार के ਮੈਨੂੰ ਨੀ ਪਤਾ, ਸਮਣ ਮੇਰੀ ਹੁਣ ਸਮਣ ਦੇਖ ਲੈਣਾ ਹੈ ਨਾ, ਗਲਤ ਕਰ ਲੈਣਾ, ਕਿੰਨਾ ਭੈੜਾ ਲੱਗਦਾ ਬੰਦ ਰੱਖੀ ਹੁਣ ਤੈਨੂੰ ਇੰਨਾ ਸਮਝਾ ਲਿਆ, ਪਰ ਫੇਰ ਵੀ ਮੈਂ ਵੀਡੀਓ ਬਣਾਉਣ ਦਾ ਇਹ ਮਕਸਦ ਆ, ਮੈਂ ਤੈਨੂੰ ਸਮਝਿਆ ਐਜ਼ ਆ ਭਰਾ, ਠੀਕ ਆ, ਮੈਂ ਭਰਾ ਹੀ ਸਮਝਦਾ ਤੈਨੂੰ, ਇੰਨੇ ਇੰਨੇ ਜਣੇ ਬੈਠੇ ਆ, ਹਲੇ ਵੀ ਸਮਝਦਾ ਮੈਂ, ਤੂੰ ਭਰਾ ਸਮਝਣਾ ਹੈ ਤਾਂ ਭਰਾਵਾਂ ਦੇ ਭਰਾਵਾਂ ਦੇ ਪਰਚਾ ਕਿਹੜਾ ਭੈਣ ਚੋ ਕਰਾਉਂਦਾ ਹੁੰਦਾ, ਕਿਸੇ ਵੀ ਭੈਣ ਚੋ, ਮੈਨੂੰ ਨੀ ਪਤਾ ਕਿਹੜਾ ਭੈਣ ਚੋ ਕਰਾਈ ਜਾਂਦਾ। ਮੈਂ ਯਾਰ ਮੈਂ ਕਰਾਇਆ ਹੀ ਨੀ ਯਾਰ, ਮੈਂ ਤੈਨੂੰ ਪਹਿਲਾਂ ਵੀ ਇਹ ਗੱਲ ਦੱਸੀ ਕਿ ਮੈਂ ਨਹੀਂ ਕਰਾਇਆ ਭਰਾ, ਮੇਰਾ ਤੇਰੇ ਵੱਲੋਂ ਹੀ ਆ, ਕੌਣ ਕਰਾਈ ਜਾਂਦਾ, ਆ ਰਿਹਾ ਚੱਕੀ ਵਰਦਾ ਸਾਂਭ ਲਈ, ਮਿਹਣੇ ਮਾਰਨੇ ਲੋਕਾਂ ਨੇ ਤੈਨੂੰ, ਮਿਹਣੇ ਮਾਰਨੇ ਇਹਨੇ ਮਿਹਣੇ ਮਾਰਨੇ, ਹੋਰ ਤੈਨੂੰ ਕੀ ਲੱਗਦਾ। ਪੂਰੀ ਰਾਤ ਪੀਣੀ ਸਮਣ ਸਾਲੇ, ਮੈਨੂੰ ਪਤੇਰੀ ਰਾਤ ਪੀਣੀ ਕਰਦਾ, ਮੈਂ ਖਰਾਬੀ ਕਰਨ ਨਹੀਂ ਤੈਨੂੰ, ਮੈਂ ਕਿਹਾ ਮੈਂ ਨਹੀਂ ਕਹਿੰਦੀ, ਮੇਰੀ ਗੱਲ ਯਾਰ ਹੱਦ ਹੋ ਗਈ, ਉਹ ਬਹਿਣ ਦਿੰਦੇ ਆਪਾਂ ਨੂੰ, ਆਪੇ ਮੈਂ ਭਰਾ ਮੇਰਾ ਜੋ ਵੀ ਆ, ਭਰਾਵਾ ਪੈਸੇ ਤਾਂ ਮੈਂ ਦੇ ਦੂੰਗਾ, ਮੈਂ ਜਿਹੜਾ ਵੀ ਭੈਣ ਚੋ ਵਿੱਚ ਕਰਦਾ ਨਾ, ਮੈਂ ਦੱਸ 8-9 ਮਹੀਨੇ ਪੂਰੇ ਦਿਮਾਗ ਗੱਲਾਂ ਸੁਣ ਸੁਣ ਕੇ ਨਾ ਦਿਮਾਗ ਮੇਰਾ ਵੜਨਾ, ਨਾ ਮੇਰੀ ਗੱਲ ਸੁਣ, ਨਾ ਮੈਂ ਕੀਤਾ, ਤੂੰ ਵੀ ਨਾ ਇਹ ਗੱਲ ਹੁਣ ਅੱਜ ਤੋਂ ਬਾਅਦ ਚੇਤੇ ਕਰੀ, ਨਾ ਮੈਨੂੰ ਕੋਰਟ 'ਚ ਤਰੀਕੇ ਜਾਣਾ ਪੈਂਦਾ, ਮੈਨੂੰ ਨਾਲ ਲੈ ਕੇ ਜਾਣਾ, ਤੂੰ ਨਾਲ ਕਿਉਂ ਲੈ ਕੇ ਜਾਣਾ, 8-9 ਨਾਲ ਲੈ ਕੇ ਜਾਊਂਗਾ,
ਉਹ ਕਹਿੰਦੇ ਨਹੀਂ ਉਹਦਾ ਫਾਇਦਾ ਹੀ ਕੋਈ ਨਹੀਂ ਕਿਉਂ ਤੁਸੀਂ ਤੰਗ ਕਰਦੇ ਪਏ ਉਹਨਾਂ ਨੂੰ ਮੇਰੇ ਯਾਰੀ ਦੋਸਤੀ ਭੈਣ ਦੋ ਲੋਕੀ ਅਗਲੇ ਗੱਲਾਂ ਉਹ ਕਹਿੰਦੇ ਭੂਮੇ ਤੂੰ ਯਾਰ ਮਾਰ ਕੀਤੀ ਉਹ ਯਾਰ ਮਾਰ 7-8 ਮਹੀਨੇ ਸਹੀ ਯਾਰ ਮਾਰੀ ਆ ਅਸਲ ਚ ਕਮਲ ਯਾਰ ਮਾਰੀ ਆ ਯਾਰ ਯਾਰ ਮਾਰ ਉਹ ਤੈਨੂੰ ਤੇ ਲੱਗਦੀ ਆ ਬੀਰਾਂ ਬੂਰਾਂ ਬਾਅਦ ਚ ਪੀ ਲਿਓ ਵੀਰੇ ਪਹਿਲਾਂ ਗੱਲਾਂ ਕਰ ਲਓ ਗੱਲਾਂ ਨੂੰ ਛੱਡ ਯਾਰ ਤੂੰ ਬੀਅਰ ਰੱਖ ਦੇ ਬੀਅਰ ਰੱਖ ਦੇ ਹੋਰ ਬਣੀ ਅੱਜ ਪੂਰੀ ਰਾਤ ਪੀਣੀ ਆ ਆ ਤੂੰ ਨਹੀਂ ਪੀਣੀ ਮੇਰੇ ਨਾਲ ਉਹ ਮੈਂ ਨਹੀਂ ਪੀਣੀ ਭਰਾ ਮੈਨੂੰ ਘਰੋਂ ਫੋਨ ਆਉਂਦਾ ਫੋਨ ਵੈਦਾ ਪਿਆ ਭਰਾ ਤੇਰਾ ਤਾਂ ਮੈਨੂੰ ਤਾਂ ਇਹ 2 ਮਿੰਟ ਹੋ ਜਾ ਹੋਲਡ ਰੱਖ ਕਰੋ ਫੋਨ ਨਾਲ ਗੱਲ ਨਹੀਂ ਕਰਨੀ ਮੇਰਾ ਭਰਾ 2 ਮਿੰਟ ਕਰੋ ਫੋਨ ਨਾਲ ਕੋਈ ਦਿਨ ਹਾਂਜੀ ਸਰਦਾਰ ਸਾਹਿਬ ਕਰਨਾ ਪੋਣਾ ਆ ਬਸ ਮੈਂ ਮੜਾ ਭੂਮੇ ਨਾਲ ਵੀਡੀਓ ਬਣਾਉਣ ਡਿਆ ਜੀ ਆ ਗਿਆ 5-10 ਮਿੰਟਾਂ ਚ ਆਪਾਂ ਨਹੀਂ ਕੀਤਾ ਨਾ ਨਾ ਕੀ ਗੱਲ ਕੋਈ ਆ ਗਿਆ ਆ ਗਿਆ ਆ ਗਿਆ ਜੀ ਸਾਹਮਣਾ ਬਾਰੇ ਪੁੱਛਣ ਡਿਆ ਜਿਹੜੇ ਆਏ ਆ ਐਵੇਂ ਯਾਰ ਭੈਣ ਚੱਲ ਬਹਿ ਜਾ ਭਰਾ ਐਵੇਂ ਇਹ ਗੱਲ ਤੈਨੂੰ ਕਹਾਂ जिथे जाना नाल जो खाना पीना नाल जो पहनना नाल ऐज पूरी आप करनी बिगड़ कहने केड़े साले ने बिगाड़ पाया तू तो अज तक भी ना नहीं दसिया यार मैं केदा नाम ले दूं मैं नूं कोई पता ही नहीं यार हद हो गई तेनूं सारे मैं निकले नहीं किसे ने तो चक्के ही हो यार मैं तेनूं क्या मैं सहन कीते जदों मैं डिप्रेशन च सी जदों मैं एक बारी नूं दो बारी रिप्लाई कीता जदों मैं डिप्रेशन सी मैं उदों सहन मैं करते होणगे मुकरदा नहीं आ करते होणगे पर मैं हुण जिहड़ी एड्डी कादी डिप्रेशन यार ते सहन करते मामा ਤਾਂ ਹੁਣ ਵਾਪਸ ਕਿਉਂ ਨਹੀਂ ਲੈਣਾ ਉਹ ਵਾਪਸ ਮੈਂ ਸਿੱਕੂ ਨਾਲ ਮੈਂ ਤੋਂ ਤੇ ਜੱਜ ਨੇ ਲੈਣੇ ਭੈਣ ਚੋ ਮੈਂ ਕਿੱਥੋਂ ਲੈਣਾ ਦੱਸ ਮੈਂ ਕਹਿ ਮੈਂ ਸਹਿਨ ਮੈਂ ਕਰ ਦਵਾਂ ਸਹਿਨ ਕਿੱਥੇ ਕਰ ਦਵਾਂ ਸਹਿਨ ਮੈਂ ਦੱਸ ਦੇ ਹੁਣ ਲੈ ਚੱਲ ਮੈਨੂੰ ਨਾਲ ਫੇਰ ਮੈਂ ਕਰ ਦਵਾਂ ਸਹਿਨ ਮੈਨੂੰ ਚੱਕ ਲੈ ਮੈਨੂੰ ਚੱਕ ਲੈ ਮੈਨੂੰ ਸਾਲਿਆ ਤੂੰ ਮੁਸ਼ਕਿਲ ਨਾਲ ਲੈ ਜਾ ਮੈਨੂੰ ਤਾਂ ਅੱਲਾ ਯਾਰ ਮੈਂ ਤੈਨੂੰ ਛੱਲ ਦੇਣਾ ਮੈਨੂੰ ਕਹਿ ਮੈਂ ਤੂੰ ਛੱਲ ਦੇ ਯਾਰ ਤੂੰ ਮੈਨੂੰ ਲੈ ਚੱਲ ਨਾਲ ਲੈ ਕੇ ਜਾਣਾ ਤੂੰ ਮੈਂ ਕਰਵਾ ਦੇ ਤੇ ਸਹਿਨ ਤੂੰ ਇਹਨੂੰ ਬਿਠਾ ਲਾ ਇਹਨੇ ਜਿੱਲੇ ਜਾਣਾ ਹੱਦ ਹੋ ਗਈ ਇਹਨੂੰ ਭੈਣ ਨੂੰ ਮੈਂ ਉਹ ਵੀ ਕਹੀ ਜਾਂਦੇ ਫੋਨ ਵੀ ਕਰੀ ਜਾਂਦੇ ਆ ਮੈਂ ਕੋਈ ਗੱਲ ਨਹੀਂ ਤੂੰ ਛਿੰਲਿਆ ਜਾਣਾ ਬਰੁਗੇ ਦੇ ਆ ਦੇ ਦਿਮਾਗ ਖਰਾਬ ਨਹੀਂ ਹੋਊਗਾ ਤੇਰਾ ਤੂੰ ਐਵੇਂ ਕਿਸੇ ਨੂੰ ਕੋਈ ਹੋਊਗਾ ਪਰਚਾ ਕਰਾ ਮੈਂ ਨਹੀਂ ਕਰਾਇਆ ਯਾਰ ਮੈਨੂੰ ਲੈ ਤੇਰੇ ਪਾਪੇ ਨੇ ਕਰਾ ਤਾਂ ਕਿਹਨੇ ਕਰਾ ਤਾਂ ਮਰ ਗਿਆ ਪਾਪਾ ਕਰਾ ਕੇ ਪਾਪਾ ਮਰਾ ਕੇ ਕਰ ਗਿਆ ਭੈਣ ਚੋ ਇਹ ਆ ਤਾਂ ਵਧੀਆ ਸਕੀਮ ਆ ਮੈਨੂੰ ਸਾਹਮਣੇ ਹੀ ਆਂਦੇ ਆ ਤੂੰ ਬੀਤੀ ਖੜੀ ਆ ਨਾ ਤੈਨੂੰ ਕਹਿੰਦਾ ਮੈਂ ਲੈ ਜਾ ਤੈਨੂੰ ਨਾਲ ਹੀ ਲੈ ਕੇ ਜਾਊਂਗਾ 9 ਨੂੰ ਵੀ ਤਰੀਕ ਹੈ 10 ਨੂੰ ਵੀ ਤਰੀਕ ਤੈਨੂੰ ਨਾਲ ਹੀ ਲੈ ਕੇ ਜਾਊਂਗਾ ਲੈ ਕੇ ਜਾਣਾ ਮੈਨੂੰ ਮੈਂ ਵੀ ਦੇਖਾਂਗਾ ਪਰ ਹੁਣ ਤੇਰਾ ਹੁਣ ਨਾ ਤੇਰਾ ਪੂਰਾ ਕੰਮ ਹੁਣ ਤੂੰ ਤਾਂ ਮੇਰੇ ਸਿਰ 'ਚ ਬੋਤਲ ਵੀ ਮਾਰ ਦਿੰਦਾ ਕਾਦੀ ਯਾਰੀ ਆ ਤੇਰਾ ਪੂਰਾ ਕੰਮ ਇਹੀ ਆ ਕਿ ਤੇਰੇ ਰੂਲ ਵਰਨ ਵਾਲਾ ਇਸ ਵੇਲੇ ਚਲ ਇੱਥੋਂ ਉੱਠ ਇੱਥੋਂ ਉੱਠ ਕੇ ਪੀਲਾ ਰਾਜ ਪੀ ਕਿਸੇ ਦਾ ਹੱਥ ਆਇਆ ਘਰੇ ਜਾ ਕੇ ਜੋ ਮਰਜ਼ੀ ਕਰਾਂਗੇ ਖੂਹ ਤੇ ਜਾ ਕੇ ਜੋ ਮਰਜ਼ੀ ਕਰ ਲੈ ਲਾ ਇਹਨੇ ਪੀਣੀ ਬੀਅਰ ਉਹ ਇਹਦਾ ਪਿਸ਼ਾਬ ਪਸ਼ੂਬ ਕਰਾਓ ਲਿਜਾ ਕੇ ਸਾਈਡ ਤੇ ਲੈ ਤੇ ਉਹ ਤੇਰੇ ਨਾਲ ਦੇ ਹੱਸੀ ਜਾਂਦੇ ਆ ਲੈ ਤੇਰੇ ਨਾਲ ਦੇ ਤਾਂ ਹੱਸਣ ਡੇ ਭਰਾਵਾ ਐ ਓਏ ਨਾ ਮੇਰੀ ਗੱਲ ਵਿੱਚੀ ਦਾਰੂ ਉਹ ਮੈਂ ਗੱਲ ਇਹ ਕਰਦਾ ਉਹ ਨਾਲ ਦੇ ਹੱਸਣ ਡਿਆ ਉਹ ਕਾਲੀ ਹੱਸਣ ਡਿਆ ਤੇਰੇ ਤੇ ਹੈ ਹੱਸਦਾ ਹੀ ਆ ਹੋਰ ਕੀ ਕਰਦਾ ਸਾਡੇ ਵਿੱਚ ਦੁਸ਼ਮਣੀ ਪੈਂਦੀ ਆ ਨਾ ਪੂਰਾ ਪਿੰਡ ਹੱਸਦਾ ਤੁਸੀਂ ਵੀ ਹੱਸੋ माड़ी गल सुन होर जो मर्जी आ मैनू आप तेरिया हर बहना बह के ਨੰਦੂ जे ना मेरे मैं माड़ा मेरे हाथ च कैमरा आया पर जो मेरे वाल नू होया ना ਕੋਈ ਤਰਸ ਨਹੀਂ ਨਗਾ ਦੇ ਭੈਣ ਚੋ ਕੋਲੇ ਰਹੀ ਸਾਰੇ ਹੀ ਉਹਦੇ ਨਾਲ ਦੇ ਕੰਮ ਇਹ ਹੋ ਗਿਆ ਕਿ ਭੈਣ ਚੋ ਸਾਰਾ ਪਿੰਡ ਸਾਰਾ ਸ਼ਹਿਰ ਸਾਰੇ ਆਉਂਦੇ ਤੁਸੀਂ ਵੀ ਹੱਸੋ ਮੇਰੇ ਯਾਰ ਯਾਰ ਆ ਦੇ ਉਹ ਚੁੱਪ ਕਰਕੇ ਖੜਾ ਆਰਾਮ ਨਾਲ ਹਾਰ ਕੇ ਖੜਾ ਉਹ ਹੱਸਣ ਡਿਆ
ਇਹਦੀ ਪੀਣੀ ਬੰਦ ਕਰਾਓ ਵੀਰੇ। ਓ ਸਾਲਾ ਤਿੰਨਾਂ ਸਾਲਾਂ ਗੱਲ ਸੁਣ, ਹੱਥੇ ਕੇਸ ਤੇ ਬੈਠੇ ਤੂੰ ਦੋ ਬੋਤਲਾਂ ਭੰਤੀਆਂ ਆਪਣਾ ਨੀ ਪਰਚਾ ਕਰਾਉਂਦਾ ਸਾਹਮਣੇ ਚੌਂਕੀ ਆ। ਉਹ ਪੈਸਿਆਂ ਨਾਲ ਨੀ ਗੱਲ ਬਣਦੀ ਬੁੱਕੇ। ਹੁਣ ਗੱਲ ਸੁਣ, ਮੇਰੇ ਤੋਂ ਜਿੰਨੇ ਮਰਜ਼ੀ ਪਏ ਆ ਸਾਲੇ, ਉਹ ਮੈਨੂੰ ਰੋਲਿਆ ਤੁਸੀਂ ਚੌਥੇ ਠਾਣਿਆਂ ਚ ਪਿਆ ਆ, ਮੈਨੂੰ ਰੋਲਿਆ ਤੁਸੀਂ ਕੋਟਾਂ ਚ ਪਿਆ। ਮਜ਼ਾਕ ਮਜ਼ਾਕ ਭੁਗਤਣ ਲੱਗਾ ਹਨਾ, ਸਾਰਾ ਕੰਮ ਨਿਬੜਨ ਲੱਗਾ, ਉਹ ਨਿਬੜ ਚੱਲਾ ਸੀ ਜਾਨੂੰ ਆ ਹੋ ਗਿਆ। ਤੂੰ ਮਾੜਾ ਸ਼ਾਂਤ ਰਹਿ ਮੇਰਾ ਸੋਹਣਾ, ਮੈਨੂੰ ਪੁਲਿਸ ਕਹਿੰਦੇ ਆ, ਮੇਰੇ ਪੁਲਿਸ ਕਹਿੰਦੇ ਆ। ਇੱਕ ਮਿੰਟ ਮੇਰੀ ਗੱਲ ਸੁਣ, ਤੇਰਾ ਫਰਜ ਨੀ ਬਣਦਾ, ਤੇਰਾ ਫਰਜ ਨੀ ਬਣਦਾ। ਤੂੰ ਮੈਨੂੰ ਦੱਸੇ ਮੈਨੂੰ ਪਤਾ ਲੱਗ ਗਿਆ ਨਾ, ਮੈਂ ਜੇ ਕਰਾਇਆ ਤੂੰ ਮੈਨੂੰ ਤਾਂ ਕਿ 8-9 ਮਹੀਨੇ ਮੈਨੂੰ ਕੋਈ ਕੇਸ ਵੀ ਭਾਵਾਂ ਤੇਰੀ ਪੀਤੀ ਆ ਭਾਵਾਂ ਤੇਰੀ ਲਿੱਤੀ ਆ, ਸਰ ਤੂੰ ਆ ਜਿਹੜਾ ਉੱਚੀ ਬੋਲੀ ਜਾਂਦਾ ਇੰਨਾ, ਤੂੰ ਮੇਰਾ ਯਾਰ ਆ, ਖਾਸ ਯਾਰ ਆ। ਕਿੰਨੇ ਦੇਰ ਵਾਰ ਯਾਰ ਚੁੱਪ ਤਾਂ ਕਰ, ਮੇਰੀ ਗੱਲ ਸੁਣ, ਜਿੱਥੇ ਸੈਨ ਕਰਾਉਣੇ ਕਰਾ ਹੁਣੇ, ਅੱਜ ਰਾਤ ਨੂੰ ਕਰਾ ਹੁਣੇ, ਠੀਕ ਆ। ਤੇਰੇ ਸੈਨ ਮੈਂ ਕਰਵਾਉਂ, ਬਾਕੀ ਜਿਹਨੇ ਕਿੰਨੇ ਚਿਰ ਵਾਰ ਪੀਤੀ ਆ ਤੈਨੂੰ ਪਤਾ ਆ, ਮੈਂ ਤਿੰਨਾ ਇੰਨੇ ਵਾਰ ਪੀਤੀ ਆਪਾਂ। ਤੈਨੂੰ ਜਿੱਥੋਂ ਵੀ ਮਿਲਿਆ ਆਪਾਂ ਉੱਥੇ ਬਹਿ ਚੱਲਦੇ, ਤਸੱਲੀ ਉਸੇ ਬਹਿ ਚੱਲਦੇ। ਪਰ ਵੀਰ ਦੀ ਪੇਟੀ ਮੈਂ ਰੱਖਣੀ ਆ ਵਿੱਚ, ਅੱਜ ਘੁੰਮ ਘੁਮਾਉਣਾ ਤੈਨੂੰ ਜਿੱਥੇ ਤੂੰ ਲੈ ਕੇ ਜਾਊਗਾ, ਮੈਨੂੰ ਗੋਲੀਆਂ ਦਵਾਈ ਖਾਧੀ ਸੀ ਨਾ। ਹੈ ਆਪਾਂ ਜਾਣਾ ਯਾਰ, ਸੋਰੀ ਆਪਾਂ ਜਾਣਾ ਤਸੀਲੇ, ਜਿੱਥੇ ਵੀ ਲੈ ਕੇ ਜਾਣਾ ਤਸੀਲੇ, ਜਿੱਥੇ ਵੀ ਲੈ ਕੇ ਜਾਣਾ। ਗੱਡੀ ਲੈ ਕੇ ਜਾਣੀ ਹੁਣੇ, ਤੂੰ ਪੇਟੀ ਰੱਖਣੀ ਬੀਅਰ ਦੀ ਵਿੱਚ, ਮੇਰੀ ਗੱਲ ਨਹੀਂ ਯਾਰ। ਜੋ ਤੂੰ ਮਰਜ਼ੀ ਸਮਝੀ ਚੱਲ, ਹੁਣ ਗੱਡੀ ਤੂੰ ਉਹਦਾ ਨਾ ਕਿ ਤੂੰ ਚੱਕ, ਠੀਕ ਆ ਠੀਕ ਹੈ ਹੁਣ, ਪਰ ਚੱਕਣੀ ਆ ਵਿੱਚ ਹੀ ਪੇਟੀ ਰੱਖ, ਠੀਕ ਹੈ, ਬੀਅਰ ਦੀ ਪੇਟੀ ਵਿੱਚ ਰੱਖ, ਜਿੱਥੇ ਸੈਨ ਕਰਾਉਣੇ ਜਿਹੜੇ ਭੈਣ ਸੋਹਣੇ ਵਿੱਚ ਕਰਾਇਆ ਸੈਨ, ਤੂੰ ਜਿਹਨੂੰ ਕਹਿੰਦਾ ਨਾ ਵਿੱਚ ਹੈਗੇ, ਹੁਣੇ ਨਾ ਹੁਣੇ ਚੱਕਣੇ ਆ, ਹੁਣੇ ਨਾਲ ਲੈ ਕੇ ਸਾਰਿਆਂ ਨੇ ਸੈਨ ਕਰਾ, ਮੈਂ ਲੱਤੂ ਖਰੀਦ ਕੇ ਮੈਂ ਲਿਆਉਂਗਾ, ਕਰੋ ਕਰਵਾ ਸੈਨ, ਕਿੱਥੇ ਕਰਾਉਣਾ, ਹੁਣੇ ਕਨਵੇਟ ਕੇ ਜਾਣਾ ਰਾਤ ਨੂੰ, ਹੁਣੇ ਨਵੇੜ ਕੇ ਜਾਣਾ, ਸਵੇਰ ਹੋਣੀ ਆ, ਸਵੇਰ ਤੱਕ ਆਪਾਂ ਸਵੇਰ 9-10 ਵਜੇ। ਸਵੇਰ ਹੋਣੀ ਆ, ਸਵੇਰ ਹੋਣ ਦੇ ਸਾਰੀ ਆਪਾਂ ਪਹੁੰਚ ਜਾਣਾ ਉੱਥੇ ਜਿੱਥੇ, ਠੀਕ ਹੈ ਘਰੇ, ਹਨਾ, ਜਿੱਥੇ ਉਹਦਾ ਨਾ ਕਿਆ ਹੋਊਗਾ ਤੈਨੂੰ ਕੀ ਪਤਾ ਹੋਣਾ ਪਾਗਲ, ਠੀਕ ਹੈ, ਉਹਨੂੰ ਪਤਾ ਜਿੱਥੇ ਲੈ ਕੇ ਜਾਣਾ। ਓਏ ਤੂੰ ਮੇਰੀ ਇੱਕ ਗੱਲ ਸੁਣ, ਤੂੰ ਚੁੱਪ, ਤੂੰ ਮੇਰੀ ਗੱਲ ਸੁਣ, ਤੇਰਾ ਯਾਰ, ਓਏ ਮੇਰੀ ਗੱਲ ਸੁਣ, ਤੂੰ ਇਹ ਇੱਕ ਵਾਰ ਨਹੀਂ ਤੂੰ ਕਿਹਾ ਉਹਨੂੰ ਕਿ ਤੂੰ ਘੱਟ ਪੀ, ਹੈਂ, 24 ਘੰਟੇ ਤੋਂ ਨਾਲ ਰਹਿਣ ਵਾਲਾ ਬੰਦਾ ਤੈਨੂੰ ਮਾਤ ਦੇਣੀ ਚਾਹੀਦੀ, ਤੂੰ ਹੱਸਣ ਡਿਆ ਉੱਤੇ, ਹੱਲੇ ਵੀ ਤੈਨੂੰ ਹੱਸਾ ਆਉਂਦਾ।
मेरी गल सुन पीती ने आप बीयर की पेटी लैनी हूं मैं कल मिलू मैं तेन मैं तो गलत टाइम कल नहीं जाना कल आप 10 बजे हूं जाना होटल लेके आ गया चलो करो फोन आ गया तहसील दे बाहर कमरा लेके होटल लेके ओथे रुकना है ओथे रहना है जदों तेनू तसल्ली होनी जेनू तू कहना ना तू कहना नहीं जाना वो लत्तों फड़ के घड़ीस के आप मैं लेके आऊंगा अंदर ठीक है कहना तू के बस इन्नी तू गड्डी दे ताकिया खोल के रखी जेनू कहना उन्हें घीस के मैं लेके आना गड्डी च बिठा के जज साहब घर दे बाहर चल गए ना रखे सिक्योरिटी गार्ड डंडे मार रहे अपने नहीं मार आप मेहनत गल नहीं करना खेत मेरी मर्जी मैं जिदा मर्जी बनावा तू मेरा भरा गड्डी चुना अच्छा डीसीपी से भी जाना आप ओथे भी जाके मैं ऐदा कहना साडा केस है भरा मेनू पता नहीं है 8-9 महीने तो की हो दिया आ ते पैरी पै गया साडे साइन करा लो अच्छा काके इन वेड़ो हां यार गार्ड नु कोएगा ओनु भी कह दूंगा ओनु भी कह देना चल ठीक है भरा मेरी गल सुन चल बाहर जलंधर हाइट दे बाहर बैठा गार्ड ओनु कह देना आपा इत्ते बाहर ही बैठा ओ जलंधर हाइट दे बाहर गार्ड नु और गार्ड नु कह देना नहीं जंदे बंद दे बाहर बैठा ऊ दे बाहर बैठे गार्ड आपा ओना दे पैरी पै जाने गेटी दा लैण दा मतलब ही नहीं गेटी लाऊंगे सारी रात तुसी भटके दे फिरूंगे खराबी बहुत ज्यादा आनी है जे तू मेरी गल ना मनी फिर तेन पता ही है की कर लेंगा आप जन्दे एडवान दे विच जाना पहला ओदी करने ठीक है और तू गार्ड दी गल कर मैं गार्ड दा मेन जिहड़ा सीनियर ओदी पैरी पै जाऊंगा बस बस कर बह जा 2 मिनट बह जा मेरा भरा ना सॉरी यारी कोई नहीं देखा हो गया तू लड़ना हूं दस दे गार्ड दे पैरी तेरे सिर च बोतल मारेगा मैं मारी नहीं मैं मारी पा ता छोटे भाई गुस्सा ना करो ठीक है चलो।
ਛੋਟੇ ਭਾ ਗੁੱਸਾ ਨਾ ਕਰਿਓ ਨਹੀਂ ਨਹੀਂ ਭਾਜੀ ਗੱਲ ਨਹੀਂ ਬੱਜੀ ਤਾਂ ਨਹੀਂ ਤੁਹਾਡੇ ਉੱਤੇ ਨਹੀਂ ਨਹੀਂ ਬੱਜੀ ਨਹੀਂ ਕੋਲੋਂ ਲੰਘੇ ਕੰਨ ਦੇ ਭਾਜੀ ਬੱਜ ਬੱਜ ਸਕਦੇ ਤੁਹਾਡੇ ਘਰੇ ਤੁਸੀਂ ਤੁਹਾਡੇ ਤੇ ਨਾ ਬੱਜੀ ਨਹੀਂ ਨਹੀਂ ਇੱਥੋਂ ਬਚਾਇਆ ਮੈਂ ਸੌਰੀ ਮੰਗਦਾ ਭਾਈ ਭਾਈ ਨਹੀਂ ਨਹੀਂ ਯਾਰ ਕੋਈ ਨਾ ਤੂੰ ਵੀ ਸਾਡੇ ਨਾਲ ਦੇ ਤੂੰ ਤਾਂ ਆਪ ਰੱਜਿਆ ਮੈਂ ਹੀ ਮੰਗਤੀ ਆ ਮੈਂ ਸੋਪੀਆਂ ਤੁਹਾਡੇ ਚੋਂ ਚੱਲ ਨੰਦੂ ਆ ਜਾ ਆ ਕੀ ਕਰਤਾ ਯਾਰ ਇੱਥੇ ਮੈਂ ਰੋਜ਼ ਬਹਿਣਾ ਹੁੰਦਾ ਉਹ ਭੋਮੇ ਇੱਥੇ ਰੋਜ਼ ਬਹਿਣਾ ਹੁੰਦਾ ਮੈਂ जलंधर हाइट दे मोरे गार्ड मैं बैठे उन्हां तों माफी मांग लैने हुण उधर जाण नूं फिरदा चलो फिर घरे लै चलियो वाह ओ भोमे बात तेरे सदके जदों करे नवा काम ही करे गल सुन तू भैन चो यार नहीं छड्या माड़ी गल कीती है माफिया एक हुंदा माफिया एक हुंदियां माफिया माफिया ए माफिया दी रात खड़ा बेरे दो मिनट खड़ा रखियो मैं पे कर दवा मैं तो साले मैं गल सुनो जलो पीने उन्हें बिल साड़ो पहलो दे दिया करो बाद च मेरे अगर टिके आ जाता टिचर करदा चलो गड्डी च बढ़ाओ फिर तुम भी गली पे बेटी बेटी वीर की मैं ले जाना गड्डी बढ़ाओ फिर गड्डी च बढ़ाओ पैसे सुबह देते पेटी पीनी लैनी तू तु पीनी तु पीनी लो भाई गड्डी आ गई है मेरा भरा कोई चक्कर नहीं गा कहने जावन ता पेटी रख ली अबके मैं रख लैनी नी रख ली आया घरे 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 लाऊंगा बुगे गड्डी मोड़ लांदे मुड़ गई तेरे वाली गड्डी खड़ी ओ मुड़ गई बस मैं मोरे मोरे अपने तेरे तू मेरे नाल चल जा यार की मैं तेन मार तड़ो देन लगा दो बंद आके इन्ने बंद बह जाने तुम साडे नाल जाण तो चकदे आ मैं कहना मोरे मोरे मैं रखनी आ गड्डी तेनू अपने शहर जाके जिथे जिथे तू मगर मगर शहर करन की जाना माफी मंगा तू जिथे कहना सवेर नू सैन दे दे सही ओ सैन करा लाई कलू मेरा भरा खोल कुंडा कुंडा खोल इहनू पटा गड्डी उची ले ली कहिंदा साले अज देखी दो तीन साल तो मेरे नाल घूमदा रहा की कर उल्टी ना कर छोटे भा फोन भी डिग पिया उतो ओए सोना सो जा उल्टी ना करी ड्राई ग्रीन बहुत महंगी हसे ना हसा रहा छोटे भा बह जा बह जा बह जा बह जा बह जा बह जा चलो मेरा भरा
ਅਗੇ ਆਰਕੇ ਦੇ ਵੀ ਬੋਤਲ ਮਾਰ ਦੇਣਾ ਆਰਕੇ ਹੀ ਖਿੱਚ ਗਿਆ ਜੀ ਉਹਦੀ ਵੀ ਬੋਤਲ ਮਾਰ ਦੇਣ ਲੱਗਾ ਜੀ ਵਾਹਿਗੁਰੂ ਮਿਹਰ ਕਰੇ ਆਏ ਓਏ ਟਾਈਮ ਬਹੁਤ ਹੋ ਗਿਆ ਚੱਕ ਲੈ ਦੁਕਾਨ ਪਰ ਪੈ गार्ड दूर है गार्ड दूर है हटदा ही नहीं ता हुण तेरे गार्ड दे पैरियां इहनू लगदा के गार्ड ओथे दा आ ਹੋਰ ਵੀਰੇ ਬੜੀ ਛੇਤੀ ਕੁੰਡਾ ਲਾ ਲਿਆ ਸਾਤੋਂ ਸਾਡੇ ਤੋਂ ਆ ਭਰਾ ਕਹਿੰਦਾ ਤੁਹਾਡੇ ਮਾਫੀ ਮੰਗਣੀ ਨੇ ਸਾਤੋਂ ਤੁਹਾਡੇ ਜੱਜ ਕਰਕੇ गरीब हो जाते सॉरी कहते यार इन सॉरी कहते बड़ा उधर सॉरी नहीं बस ओमे ओमे भैन जी आ गया ਗਾਰਡ ਦੇ ਕਹਿੰਦਾ ਗਾਰਡ ਦੇ ਜਾਣੇ ਜਾਣਾ ਲਾਤੇ ਓਕੇ ਓਕੇ ਜੈ ਸਾਹਿਬ ਨੂੰ ਕਹਿ ਦੇਣਗੇ ਚੱਲ ਬਿਠਾ ਗੱਡੀ ਸਾਲਾ ਸੱਚੀ ਰੱਜਿਆ ਮੈਂ ਤਾਂ ਕਰੇ ਮਜ਼ਾਕ ਕਰਦਾ ਹਾਂ ਬਹੁਤ ਜ਼ਿਆਦਾ ਭੈਣ ਚ ਰੱਜਿਆ ਯਾਰ ਬਟ ਚਲੋ ਘਰੇ ਛੱਡ ਗਏ ਕਿੰਨੇ ਚਿਰ ਦੇ ਲੱਗੇ ਜਾਂਦੇ ਯਾਰ ਤੁਸੀਂ ਤਾਂ ਯਾਰ ਤੁਹਾਨੂੰ ਦੱਸਦਾ ਨੀ ਹੱਦ ਹੋ ਗਈ ਯਾਰ ਭੈਣ ਚੋਦੋ ਉਹ ਡਿੱਗਣ ਵਾਲਾ ਹੋ ਗਿਆ ਚਲੋ ਬੈਠੋ ਮੇਰਾ ਭਰਾ ਨਾਲ ਗੱਡੀ ਚ ਓ ਡਰੋ ਨਾ ਭਰਾ ਹੈਲੋ ਕੁੰਡੀਆਂ ਕਾਂਡੀਆਂ ਨਾ ਲਾਓ ਆ ਫੋਲੜੀ ਵਾਲ ਪੈਂਟ ਤਾਂ ਐਵੇਂ ਮੇਰਾ ਭਰਾ ਤੁਹਾਨੂੰ ਟੈਨਸ਼ਨ ਪੈ ਗਈ ਟੱਟੀਆਂ ਲਾ ਕੇ ਯਾਰ ਗੱਲ ਸੁਣ ਭਰਾ ਆਇਆ ਤੁਸੀਂ ਜਿਹੜੇ ਉਹਦੇ ਕੈਮਰੇ ਲੱਗੇ ਮੈਨੂੰ ਪਤਾ ਉਹ ਉਹਨਾਂ ਵਿੱਚ 10-15 ਜਾਣੇ ਜਿਹੜੇ 5 ਤਾਹ ਖੜੇ ਸਾਰੇ ਭਰਾ ਬਲੌਗ ਦੇਖਦੇ ਆ ਤੁਸੀਂ ਟੈਨਸ਼ਨ ਨਾ ਲਿਆ ਕਰੋ ਸਾਡੇ ਹੁੰਦੇ ਬੈਠੋ ਯਾਰ ਉਹ ਟੈਨਸ਼ਨ ਚ ਆ ਗਿਆ ਪਤਾ ਨਹੀਂ ਕੀ ਹੋਇਆ ਸਾਡੀ ਫੀਲਡਿੰਗ ਥੋੜੋ ਲੱਗਣੀ ਜਦੋਂ ਅਸੀਂ ਅੰਦਰ ਜਾਣਾ ਚਲੀ ਜਾਣਾ ਯਾਰ ਚਲੋ ਆ ਚੱਲੇ ਤਾਂ ਤੁਰੋ ਓਏ ਉਹਨਾਂ ਨੂੰ ਐਸੇ ਲੜਾਈਆਂ ਬਹੁਤ ਹੋ ਰਹੀਆਂ ਨਾ ਨਹੀਂ ਇਹਨਾਂ ਨੇ ਹੱਥ ਵੀ ਗੱਲ ਸੁਣ ਇੱਕ ਦਿਨ ਦੱਸਾਂ ਚੱਲ ਇਹ ਗਾਰਡ ਤਾਂ ਮੁੰਡੇ ਭਾਵੇਂ ਸਹੀ ਵੀ ਹੋਣਗੇ ਪਰ ਇਹ ਗਾਰਡ ਗਲਤ ਬਹੁਤ ਕਰਦੇ ਆ ਕਈ ਗਾਰਡ ਨਾ ਟੁੱਟ ਟੁੱਟ ਪੈਂਦੇ ਬੰਦਿਆਂ ਨੂੰ ਨਹੀਂ ਮੰਨਦੇ ਜੱਜ ਸਾਹਿਬ ਨੂੰ ਨਹੀਂ ਜੱਜ ਸਾਹਿਬ ਨੂੰ ਨਹੀਂ ਮੰਨਦੇ ਜੇ ਹੁਣ ਵੀ ਜੱਜ ਸਾਹਿਬ ਆਪਾਂ ਉਹਨੂੰ ਕਹਿਣਾ ਗਾਰਡ ਦੇ ਪੈਰੀ ਵਿਆਹ ਇਦਾਂ ਉਹ ਗਾਰਡ ਦੇ ਦੇਖਦਾ ਕਿਦਾਂ ਤੇਰੇ ਵੱਲ ਉਹਨੂੰ ਕਹੇ ਮਾਫੀਆਂ ਦੇ ਦੋ ਭਰਾਵਾ ਜੇ ਸਾਨੂੰ ਹੋਰ ਹੋਰ ਕਿਤੇ ਕਹਿੰਦੇ ਹੁੰਦੇ ਯਾਰ ਤੇਰੇ ਸਾਹਮਣੇ ਇੱਕ ਤਾਂ ਮੰਗ ਲਈ ਹੋਰ ਕਿਤੇ ਮੰਗਣੀ ਮੈਂ ਨਾ ਸਰ ਓਏ ਪੇਪਰ ਸੰਮਣ ਸਾਹਮਣੇ ਆ बिल्डिंग खू अपना घर ही नहीं खू तो सवेरे चलांगे भाई थोड़ी जी ले लवे मैं ले जाना आ खून नु जांदा रस्ता आ कड़े रा वाल ली नंदू अपना नंदू तू मैं तो देखदा नहीं ए तो वर्कशॉप
ਮੇਰੀ ਇੰਨੀ ਗੱਲ ਸੁਣ ਸੋਰੀ ਸੋਰੀ ਮੇਰੀ ਗੱਲ ਅੱਜ ਪੂਰੀ ਰਾਤ ਹੋਣੀ ਆ ਸੋਰੀ ਭਰਾ ਮੇਰੇ ਭਰਾ ਨੂੰ ਮੇਰੇ ਹਰਮਨ ਭਰਾ ਨੂੰ ਛੱਡ ਦੋ ਪਤਾ ਕੀ ਗੱਲ ਆ ਨਾ ਉਹ ਹੁਣ ਖੂਹ ਤੇ ਤੈਨੂੰ ਥੋੜੇ ਚਿਰ ਤੇ ਲੈ ਜਾਣੇ ਪਤਾ ਘਰੇ ਕੀ ਕਹੇਗਾ ਮੈਂ ਤਾਂ ਪਤਾ ਕੀ ਕਹਿੰਦਾ ਭੋਮੇ ਬਲੌਗ ਹੁਣ ਤੈਨੂੰ ਚੇਤੇ ਰਹੂਗਾ ਵੀ ਸਾਰੀ ਉਮਰ ਜਿੱਦਾਂ ਐਨੂੰ ਮੋੜ ਕੀ ਹੋ ਗਿਆ ਨੰਦੂ ਕੀ ਹੋ ਗਿਆ ਮੈਂ ਦੱਸਦਾ ਹਰ ਮੋੜੇ ਐਨੂੰ ਮੋੜਨਾ ਕਿਹੜਾ ਖੂਹ ਆਪਣੇ ਨੂੰ ਜਾਂਦਾ ਰੋਡ ਸਾਲਿਆ ਕਿਹੜਾ ਖੂਹ ਵਾਲਾ ਰੋਡ ਖੂਹ ਪਿੰਡ ਟੱਪ ਕੇ ਆ ਇੱਥੋਂ ਆਪਾਂ ਰਾਹ ਪਤਾ ਨੀ ਕਿਹੜੇ ਭੈਣ ਚੋ ਭੰਗ ਵਾਲੇ ਰਾਸਤੇ ਚ ਪਾਤਾ ਇਹਦੇ ਪਿੱਛੇ ਲੱਗ ਕੇ ਨੰਦੂ ਕਦੀ ਵੀ ਸ਼ਰਾਬੀ ਬੰਦੇ ਤੇ ਵਿਸ਼ਵਾਸ ਨਾ ਕਰੀ ਤੈਨੂੰ ਮੈਂ ਦੱਸਦਾ ਹੁਣ ਇਹ ਵੀ ਗੱਲ ਆ ਕਿ ਪਤਾ ਨੀ ਕੀ ਸੋਚ ਕੇ ਆਪਾਂ ਨੂੰ ਇੱਧਰ ਲੈ ਕੇ ਆਇਆ ਰੱਬ ਜਾਣਦਾ ਭੋਮੇ ਮੈਂ ਨਾ ਤੇਰੇ ਨਾਲ ਗੁੱਸੇ ਸੀ ਰਾਜੀ ਸੀ ਪਰ ਮੇਰੇ ਮਨ ਚ ਇਹ ਨੀ ਸੀਗਾ ਕਦੀ ਕਿ ਤੈਨੂੰ ਨੁਕਸਾਨ ਹੋਵੇ ਸਾਲਾ ਤੂੰ ਤਾਂ ਨੀ ਸੋਚੀ ਬੈਠਾ ਖੂਹ ਤੇ ਜਾਂਦਾ ਨੂੰ ਕਦੋਂ ਨੁਕਸਾਨ ਹੋਣਾ ਪਲਾ ਕੇ ਬਲੌਗ ਬਹੁਤ ਲੰਮਾ ਆ ਹੁਣ ਕੀ ਕਹਿੰਦਾ ਮਾਫ਼ੀ ਮੰਗੇਗਾ ਭਰਾ ਤੇਰੀ ਗਲਤੀ ਆ ਪੇਟੀ ਲਿਜਾ ਕੇ ਪਹਿਲਾਂ ਖੁਸ਼ ਕਰਨੇ ਭਈਆ ਨੂੰ ਕਹਿੰਦਾ ਪਿਓ ਠੀਕ ਹੈ ਫਿਰ ਉਹਨਾਂ ਨੂੰ ਆ ਦੇਖ ਉਹਨਾਂ ਮੁੱਲ ਵੀ ਹੱਥ ਏਦਾਂ ਜੋੜ ਕੇ ਮੈਂ ਸੌ ਜਾਣਾ ਮੈਂ ਮੈਂ ਜੇ ਬਲੌਗ ਪਸੰਦ ਆਇਆ ਇਹਦਾ ਦੂਜਾ ਪਾਰਟ ਪਾ ਦਾਂਗੇ ਖੂਹ ਤੇ ਚੱਲੇ ਆ ਖੂਹ ਤੇ ਜੇ ਵਧੀਆ ਬਣਿਆ ਤਾਂ ਪਾਰਟ ਪਾ ਦਾਂਗੇ ਖੂਹ ਨੇ ਤਾਂ ਮਸ਼ਹੂਰ ਕੀਤਾ ਚੱਲ ਹੁਣ ਆਪਾਂ ਘਰੇ ਚੱਲੀਏ ਜੀਵ ਜੰਤੂ ਸਾਰੇ ਆਪਣੇ ਘਰੇ ਕਿੱਦਾਂ ਚੱਲੀਏ ਯਾਰ ਪਹਿਲਾਂ ਖੂਹ ਤੇ ਲੈ ਕੇ ਚੱਲੀਏ ਫੇਰ ਘਰੇ ਚੱਲਦੇ ਵੀਰੇ ਜਿਹਨਾਂ ਨੂੰ ਬਲੌਗ ਦਿੰਦਾ ਕਮੈਂਟ ਕਰ ਦਿਓ ਅਗਲਾ ਪਾਰਟ ਉਹ ਨਹੀਂ ਲਾਉਂਦਾ ਯਾਰ ਹੱਦ ਹੋ ਗਈ ਯਾਰ ਲੰਮੇ ਪੈ ਕੇ ਮਾਫ਼ੀ ਚੱਲ ਭਰਾ ਮੇਰੀ ਗੱਲ ਸੁਣ ਮੇਰਾ ਭਰਾ ਚੱਲ ਠੀਕ ਹੈ ਯਾਰ ਜਿਨ੍ਹਾਂ ਨੇ ਵੀਰੇ ਪਸੰਦ ਆ ਵੀਡੀਓ ਲਾਈਕ ਕਰ ਦਿਓ ਅਗਲਾ ਬਲੌਗ ਆਜੂਗਾ ਦਸ ਹਜ਼ਾਰ ਲਾਈਕ ਕਰ ਦਿਓ ਅਗਲਾ ਬਲੌਗ ਮਿਲ ਜੂਗਾ ਜੀ ਚੁੱਪ ਕਰ ਜਾ ਯਾਰ ਸਭ ਤੋਂ ਪਹਿਲਾਂ ਤੂੰ ਖਰਾਬ ਮੇਰੇ ਕੰਨ ਭਰੇ ਅੱਛਾ ਜੇ ਮੇਰੇ ਕੰਨ ਭਰੇ ਤਾਂ ਮੈਂ ਰੋਕ ਲਾ ਪਹਿਲਾਂ ਮੈਂ ਤੇਰੇ ਤੇ ਪਰਚਾ ਕਰਾਇਆ ਰੋਕ ਲਈ ਗੱਡੀ ਨੂੰ ਤੂੰ ਨੇ ਚਲੋ ਠੀਕ ਹੈ ਜੀ ਅਗਲਾ ਬਲੌਗ ਆਊਗਾ ਯਾਰ ਇੱਕ ਗੱਲ ਕਰ ਲੈਂਦੇ ਨੂੰ ਕਹਿ ਜੇ ਅਗਲਾ ਬਲੌਗ ਕਿਸੇ ਨੂੰ ਚਾਹੀਦਾ ਆ ਓਹੋ
ਮੈਂ ਮੰਗ ਲਈ ਮਾਫੀ ਬਸ ਨੰਦੂ ਮੇਰੇ ਤੋਂ ਵੀ ਗਲਤੀ ਹੋ ਗਈ ਭਰਾ ਮੈਂ ਤੈਨੂੰ ਪੁੱਛਣ ਆਇਆ ਇੱਥੇ ਗੱਲ ਮੁੱਕ ਗਈ ਕਰਦੇ चलो ठीक है सत श्री अकाल पंजाबी।